हेलो स्टूडेंट्स आज ਦਾ ਸਟੱਡੀ ਟੌਪਿਕ ਹੈ ਚੈਪਟਰ ਨੰਬਰ 5 ਦ ਬਾਰਬਰਸ ਟ्रेड यूनियन ਰਿਟਨ ਬਾਈ ਮੋਲਕ ਰਾਜਾਨੰਦ ਮੋਲਕ ਰਾਜਾਨੰਦ ਜੀ ਇੱਕ ਇੰਡੀਅਨ ਰਾਈਟਰ ਹੋਏ ਇੰਗਲਿਸ਼ ਦੇ ਵਿੱਚ ਵਨ ਆਫ ਦਾ ਪਾਇਨੀਅਰਸ ਆਫ ਇੰਡੋ ਇੰਡੋ ਇੰਗਲਿਸ਼ ਫਿਕਸ਼ਨ ਆਰਕੇ ਨਾਰਾਇਣ ਅਹਿਮਦ ਅਲੀ ਔਰ ਰਾਜਾ ਰੌਬਰ ਦੇ ਰਾਈਟਰਸ ਦੇ ਨਾਲ ਮੋਲਕ ਰਾਜਾਨੰਦ ਜੀ ਦਾ ਇੰਗਲਿਸ਼ ਲਿਟਰੇਚਰ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਰਿਹਾ ਹੀ ਵਾਸ ਬੌਰਨ ਇਨ ਪਸ਼ਾਵਰ ਪਸ਼ਾਵਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਇਸ ਇਸ ਚੈਪਟਰ ਦੀ ਅਗਰ ਗੱਲ ਕਰੀਏ ਦ ਬਾਰਬਰ ਸਟ੍ਰੀਟ ਯੂਨੀਅਨ ਇਸ ਟੇਕਨ ਫਰਮ ਦ ਬਾਰਬਰ ਸਟ੍ਰੀਟ ਯੂਨੀਅਨ ਐਂਡ ਅਦਰ ਸਟੋਰੀਜ਼ ਵਿਚ ਇਜ਼ ਰਿਟਨ ਇਨ 19 ਵਿਚ ਵਾਸ ਰਿਟਨ ਇਨ 1944 ਔਰ ਜਿਹਦੇ ਵਿੱਚ ਕੀ ਦੋ ਮੇਨ ਕੈਰੈਕਟਰ ਹੈ ਚੰਦੂ ਔਰ ਨਰੇਟਰ ਨਰੇਟਰ ਦਾ ਆਪਣਾ ਨਾਮ ਇੱਥੇ ਮੈਂਸ਼ਨ ਨਹੀਂ ਕੀਤਾ ਗਿਆ ਇਸ ਸਟੋਰੀ ਦੇ ਵਿੱਚ ਅਰਚੰਦੂ ਇੱਕ ਬਾਰਬਰ ਬாய் ਹੈ ਇਕ ਨਾਈ ਦਾ ਬੇਟਾ ਹੈ ਜੋ ਕਿ ਲੋਕਾਂ ਦੇ ਵਾਲ ਕੱਟਦਾ ਹੈ ਸ਼ੇਵ ਕਰਦਾ ਹੈ ਔਰ ਉਹ ਨਰੇਟਰ ਦਾ ਬਹੁਤ ਹੀ ক্লোਜ਼ ਫਰੈਂਡ ਹੈ ਜਿਹਨੂੰ ਕਿ ਬਾਅਦ ਦੇ ਵਿੱਚ ਵਨ ਆਫ ਦਾ ਮੇਕਰਸ ਆਫ ਮਾਡਰਨ ਇੰਡੀਆ ਚੰਦੂ ਦਾ ਯੋਗਦਾਨ ਜੋ ਕਿ ਇੱਕ ਹਿਸਟਰੀ ਦੇ ਵਿੱਚ ਮੰਨਿਆ ਗਿਆ ਕਿ ਮਾਡਰਨ ਇੰਡੀਆ ਬਣਾਉਣ ਵਾਸਤੇ ਬਹੁਤ ਵੱਡਾ ਕੰਟਰੀਬਿਊਸ਼ਨ ਉਹਦਾ ਰਿਹਾ ਚੰਦੂ ਸਿਰਫ 6 ਮਹੀਨੇ ਵੱਡਾ ਸੀ ਨਰੇਟਰ ਤੋਂ ਲੇਕਿਨ ਕਾਫੀ ਗੱਲਾਂ ਦੇ ਵਿੱਚ ਉਹ ਅੱਗੇ ਉਸ ਤੋਂ ਅੱਗੇ ਸੀਗਾ ਲੀਡ ਕਰਦਾ ਸੀਗਾ ਛੋਟੇ-ਛੋਟੇ ਸ਼ਰਾਰਤਾਂ ਕਰਨੀਆਂ ਪਾਵਰੇ ਪਕੜ ਲੈਣੇ ਉਹਨਾਂ ਦਾ ਜ਼ਹਿਰ ਕੱਢ ਲੈਣਾ ਜਾਂ ਫਿਰ ਅਲੱਗ-ਅਲੱਗ ਤਰ੍ਹਾਂ ਦੀਆਂ ਪਤੰਗਾ ਬਣਾਉਣਾ ਇਹ ਸਾਰੇ ਕੰਮ ਹੀ ਚੰਦੂ ਬਹੁਤ ਜ਼ਿਆਦਾ ਸ਼ੌਂਕ ਨਾ ਕਰਦਾ ਸੀ ਔਰ ਬੱਚੇ ਉਹਦੇ ਪਿੱਛੇ ਲੱਗੇ ਰਹਿੰਦੇ ਸੀ ਔਰ ਪੜ੍ਹਾਈ ਦੇ ਵਿੱਚ ਬਹੁਤ ਆ ਵਧੀਆ ਨੰਾ ਹੁਣ ਕਰਕੇ ਔਰ ਦੂਸਰੀ ਗੱਲ ਕੀ ਉਹਦੇ ਪਿਤਾ ਦਾ ਜਲਦੀ ਦੇ ਹਾਂਤ ਹੋਣ ਕਰਕੇ ਚੰਦੂ ਨੂੰ ਆਪਣੇ profession ਨੂੰ ਅਪਣਾਣਾ ਪਿਆ ਔਰ ਐਜ਼ ਅ ਬਾਰਬਰ ਇੱਕ ਲੋਅਰ ਕਾਸਟ ਜਿਹਨੂੰ ਮੰਨਿਆ ਜਾਂਦਾ ਸੀ ਪਹਿਲੇ ਟਾਈਮ ਦੇ ਵਿੱਚ ਕਿ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਉਹ ਨੀਵੀਂ ਜਾਤ ਤੋਂ ਸੰਬੰਧ ਰੱਖਦੇ ਆ ਤੇ ਉਹਨੂੰ ਕਈ ਗੱਲਾਂ ਦਾ ਸਾਹਮਣਾ ਕਰਨਾ ਪਿਆ ਤੇ ਅਸੀਂ ਇਸ ਚੈਪਟਰ ਦੇ ਵਿੱਚ ਉਹ ਚੀਜ਼ਾਂ ਨੂੰ ਵੀ ਦੇਖਾਂਗੇ ਕਿ ਪੁਰਾਣੇ ਟਾਈਮ ਦੇ ਵਿੱਚ ਉੱਚੀ ਔਰ ਨੀਵੀਂ ਜਾਤ ਦੇ ਵਿੱਚ ਕਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਸੀ ਲੋਕ ਆਪਣੇ ਘਰ ਨਹੀਂ ਵੜਨ ਦਿੰਦੇ ਸੀਗੇ ਗਾਲਾਂ ਕੱਢਦੇ ਸੀ ਲੇਕਿਨ ਕੰਮ ਵੀ ਉਹਨਾਂ ਤੋਂ ਹੀ ਕਰਵਾਉਂਦੇ ਸੀ ਸੋ ਲੈਟਸ ਸਟਾਰਟ ਦਾ ਟੁਡੇਸ ਚੈਪਟਰ ਅਮੰਗ ਦਾ ਮੇਕਰਸ ਆਫ ਮਾਡਰਨ ਇੰਡੀਆ ਚੰਦੂ ਦਾ ਬਾਰਬਰ ਬॉय ਆਫ आवर ਵਿਲੇਜ ਹੈਜ਼ ਅ ਪਲੇਸ ਵਿਚ ਵਿਲ ਬੀ ਡਿਨਾਈਡ ਹਿਮ ਅਨਲੈਸ ਆਈ ਪ੍ਰੈਸ ਫਾਰ ਦਾ ਰਿਕੋਗਨੀਸ਼ਨ ਆਫ ਹਿਸ ਕੰਟ੍ਰਿਬਿਊਸ਼ਨ ਟੂ ਹਿਸਟਰੀ ਹਿਸਟਰੀ ਦੇ ਵਿੱਚ ਉਹਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਅਲੱਗ ਪਹਿਚਾਨ ਹੈ ਉਹਦੀ Chandu's peculiar claim to recognition rested to tell the truth on an exploit of which he didn't know the full significance. But then, unlike most great men of India today, he had no very exaggerated notion of his own importance. ki shayad itihas de vich idea bhi nahi Through he started with them a certain native egotism, which was sometimes disconcerting and sometimes rather charming. आई न्यू चंदू एवर सिंस द डेज व्हेन ही वोर अ पीस ऑफ रग इन द मिडिल ऑफ हिज नेक्ड डिस्टेंडेंट बैलिड बॉडी आई एथनेरेटर बोलदा पे है कि मैं चंदू नु उनना दिना तो जानदा है जिस टाइम वो सिर्फ एक टुकड़ा कपड़े दा अपने नंगे पेट न ढक्न वास्ते कमर के आले दुआले बन सी जिस तरह अं बोल दें कि लंगोटिया यार मतलब बचपन तो बहुत ज़्यादा दोस्ती सी एंड वैन ही वी वॉल टूगैदर इन द मायर ऑफ द विलेज लेंस प्लेइंग एंड सोल्जरिंग शॉपकीपिंग और कलर्किंग एंड अदर लिटिल गेम्स विच वी इनवेंटेड फॉर द डिक्लेशन डिलेक्टे ऑफ अवर टू सैल्वस एंड ऑफ अवर मदरस हु अन ऑफ ऑल द एल्डरस कंस टू नोटिस अस असी खेलते तो सी लेकिन साढ़े जो वे वो सानू खेडन दे उस चीज़ के बुरा मनाते क्योंकि असी उच्ची जात तो संबंध रखते सी ब्राह्मण परिवार तो संबंध रखते और वो नीवी जातों तो संबंध रखते हैं क्योंकि वो बार बार बॉयज स और किस तरीके दे गेम रखे दे की गेम्स रख खेलते सोल्जरिंग शॉपकीपिंग कलरकिंग इस तरह के छोटे छोटे गेम जो अक्सर बच्चे इकट्ठे होकर खेडते हैं ਚੰਦੂ ਵਾਸ ਮਾਈ ਸੀਨੀਅਰ ਬਾਈ ਅਬਾਊਟ 6 ਮੰਥਸ ਤਾਂ ਇਸ ਚੀਜ਼ ਨੂੰ ਅੰਡਰਲਾਈਨ ਕਰੀਏ ਕਿ ਚੰਦੂ ਔਰ ਨਰੇਟਰ ਦੀ ਏਜ ਦੇ ਵਿੱਚ ਸਿਰਫ 6 ਮਹੀਨੇ ਦਾ ਫਰਕ ਸੀਗਾ ਚੰਦੂ ਸਿਰਫ 6 ਮਹੀਨੇ ਵੱਡਾ ਸੀ ਐਂਡ ਹੀ ਆਲਵੇਸ ਟੁਕ ਦਾ ਲੀਡ ਇਨ ਆਲ ਮੈਟਰਸ ਲੇਕਿਨ ਅੱਗੇ ਵੱਧ ਕੇ ਹਰ ਇੱਕ ਕੰਮ ਕਰਦਾ ਸੀ ਐਂਡ ਆਈ ਵਿਲਿੰਗਲੀ ਫਾਲੋਡ ਔਰ ਮੈਂ ਪਿੱਛੇ ਪਿੱਛੇ ਰਹਿੰਦਾ ਸੀ ਬਿਕੋਜ਼ ਟਰੂਲੀ ਹੀ ਵਾਸ ਅ ਜੀਨੀਅਸ ਐਟ ਕੈਚਪਿੰਗ ਵੈਸਪਸ ਐਂਡ ਪ੍ਰੈਸਿੰਗ ਦਾ ਪੋਇਜ਼ਨ ਆਊਟ ਆਫ देयर ਟੇਲਸ ਐਟ ਟ੍ਰਾਇੰਗ देयर ਟਾਈਨੀ ਲੈਗਸ ਟੂ ਕਾਟਨ ਥਰੈਡ ਐਂਡ ਫਲਾਈਂਗ ਥੈਮ ਕਿਸ ਤਰ੍ਹਾਂ ਦੀਆਂ ਸ਼ਰਾਰਤਾਂ ਚੰਦੂ ਨੂੰ ਸੁਝਦੀਆਂ ਸੀਗੀਆਂ ਕਿ ਭੰਵਰਿਆਂ ਨੂੰ ਪਕੜ ਕੇ ਉਹਨਾਂ ਦੀ ਆਪੂੰਚ ਦੇ ਵਿੱਚ ਉਹਦਾ ਜ਼ਹਿਰ ਕੱਢ ਕੇ ਔਰ ਉਹਦੀਆਂ ਲੱਤਾਂ ਦੇ ਨਾਲ ਛੋਟਾ ਜਿਹਾ ਕਾਟਨ ਬੰਨ ਦੇਣਾ ਥਰੈਡ ਦੇ ਨਾਲ ਔਰ ਫਿਰ ਧਾਗੇ ਦੇ ਨਾਲ ਕਾਟਨ ਬੰਨ ਕੇ ਉਡਾ ਦੇਣਾ ਔਰ ਫਿਰ ਜਦੋਂ ਕਾਟਨ ਉਹਦੇ ਨਾਲ ਉੜਦਾ ਸੀ ਤੇ ਇੱਕ ਅਲੱਗ ਹੀ ਚਮਕ ਉਹਨਾਂ ਦੇ ਚਿਹਰੇ ਤੇ ਆਉਂਦੀ ਸੀ ਵਾਈਲ ਆਈ ਆਲਵੇ <coughs> always got stung on the chicks if i dare to go to anywhere near the platform of the village well where these insects settle on the puddles to drink water aur mai tha agar kadi idan da karne da sochda vi sirf pani peen vaste jadon mai janda te kithe eh je insect mainu kat lende si te mere dang maar dende si te mai bahut darda si galekin chandu as a brave hero sade liye je image sigi ke chandu bahut bahadur hai when we grew up he still seemed to me the embodiment of perfection because he could make the fly paper kites of such in, intricate design and of such balance as i could never achieve aur mere layi oh perfection de nal parhaya sega jadon ehuje kam karda sega aur ik hor oh di khasiyat ki si ki paper kites bana lenda si kagaz diyan patanga bana lenda si aur alag alag design de vich bananda si और किस बैलेंस ਦੇ ਨਾਲ ਉੱਡਦੀ ਸੀ ਅਸੀਂ ਕਦੀ ਸਾਡੇ ਤੋਂ ਹੁੰਦਾ ਹੀ ਨਹੀਂ ਸੀ ਆਈ ਕੁੱਡ ਨੈਵਰ ਅਚੀਵ ਟੂ ਬੀ ਸ਼ੋਰ ਹੀ ਵਾਸ ਨਾਟ ਸੋ ਗੁੱਡ ਐਟ ਡੂਇੰਗ ਸੰਸੈਟ ਸਕੂਲ ਐਸ ਆਈ ਵਾਸ ਪਰਹੈਪਸ ਬਿਕਾਜ਼ ਹਿਸ ਫਾਦਰ ਐਪਰੈਂਟਿਸਡ ਹਿਮ अर्ली ਟੂ ਦ ਹੈਰਿਡਿਟਰੀ ਪ੍ਰੋਫੈਸ਼ਨ ਆਫ ਦ ਬਾਰਬਰਸ ਕਾਸਟ ਐਂਡ ਸੈਂਡ ਹਿਮ ਆਊਟ ਹੇਅਰ ਕਟਿੰਗ ਇਨ ਦ ਵਿਲੇਜ ਐਂਡ ਹੀ ਹੈਡ ਨੋ ਟਾਈਮ ਫਾਰ ਦ ਹੋਮ ਟਾਸਕ ਵਿਚ ਐਵਰ ਸਕੂਲ ਮਾਸਟਰ ਗੇਵ ਅਸ ਬਟ ਹੀ ਵਾਸ ਬੈਟਰ ਦੈਨ ਆਈ ਐਟ ਰੀਸ ਆਈ ਥਿੰਕ ਪੋਇਟਰੀ any day for not only did he remember by rote the verses in the textbook but he could repeat the endless pages of prose in that book so that they seemed like poetry parne de vich bahut acha nahi si jehanke pehle bhi asi dassya sam karne de vich thoda piche si maths de vich thoda weak si aur ude father ne onu apne hereditary profession jo apne vansha to chalde hoye profession de vich onu sikha ditta si oh kaam aur ਇੰਡੀਪੈਂਡੈਂਟ ਜਾ ਕੇ ਲੋਕਾਂ ਦੇ ਆਪਣੇ ਕਸਟਮਰਸ ਦੇ हेयर कट ਕਰਨਾ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਵੀ ਉਹਨੂੰ ਪਾ ਦਿੱਤਾ ਸੀ ਜਿੱਤੇ ਕਰਕੇ ਕਿ ਉਹਨੂੰ ਸਕੂਲਾਂ ਮਿਲੇ ਹੋਏ ਕੰਮ ਨੂੰ ਕਰਨ ਵਾਸਤੇ ਟਾਈਮ ਨਹੀਂ ਮਿਲਦਾ ਸੀਗਾ ਜੋ ਟੀਚਰ ਸਕੂਲ ਦੇ ਵਿੱਚ ਦਿੰਦੇ ਸੀਗੇ ਲੇਕਿਨ ਉਹਦੀ ਇੱਕ ਹੋਰ ਖਾਸियत ਕਿ ਉਹ ਪੋਇਟਰੀ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸੀਗਾ ਔਰ ਪੂਰੇ ਪੂਰੇ ਟੈਕਸਟ ਬੁੱਕ ਦੇ ਵਿੱਚੋਂ ਵਰਸਸ ਪੂਰੇ ਪੂਰੇ ਜੋ ਪੈਰਾ ਹੁੰਦੇ ਸੀ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਉਹ ਰੱਟਾ ਮਾਰ ਲੈਂਦਾ ਸੀਗਾ ਰੋਟ ਦਾ ਵਰਸਸ ਔਰ ਫਿਰ ਰਿਪੀਟ ਕਰ ਦਿੰਦਾ ਸੀਗਾ ਪੂਰੇ ਡਿੱਟੋ ਚੀਜ਼ਾਂ ਨੂੰ ਮੀਨਸ ਉਹਦੀ ਮੈਮਰੀ ਸ਼ਾਰਪ ਸੀਗੀ ਮਾਈ ਮਦਰ ਰਿਸੈਂਟਡ ਦਾ ਫੈਕਟ ਥੈਟ ਚੰਦੂਵਾਨਾ ਸਕਾਲਰਸ਼ਿਪ ਐਟ ਸਕੂਲ ਵਾਈਲ ਆ ਹ্যাড ਟੂ ਪੇ ਫੀਸ ਟੂ ਬੀ ਡਾਟ ਮੇਰੀ ਮਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਚੰਦੂ ਨੂੰ ਸਕਾਲਰਸ਼ਿਪ ਮਿਲਦੀ ਹੈ ਔਰ ਅਸੀਂ ਫੀਸ ਦਿੰਨੇ ਆ ਐਂਡ ਸ਼ੀ ਕਨਸਟੈਂਟਲੀ ਡਿਸਵੇਡਡ ਮੀ ਫਰਮ ਪਲੇਇੰਗ ਵਿਦ ਹਿਮ ਬੱਚਿਆਂ ਨੂੰ ਸਿਰਫ ਇਹ ਪਤਾ ਹੁੰਦਾ ਸੀਗਾ ਕਿ ਉਹਦੀ ਫੀਸ ਮਾਫ ਹੈ ਔਰ ਅਸੀਂ ਫੀਸ ਦਿੰਨੇ ਆ ਕਾਰਨ ਨਹੀਂ ਪਤਾ ਹੁੰਦਾ ਸੀਗਾ ਲੇਕਿਨ ਜਦੋਂ ਵੱਡੇ ਦੱਸਦੇ ਸੀਗੇ ਤੇ ਉਹ ਮਨਾ ਕਰਦੇ ਸੀ ਕਿ ਇਹ ਛੋਟੀ ਨੀਵੀਂ ਜਾਤ ਵਾਲੇ ਲੋਕਾਂ ਦੇ ਬੱਚਿਆਂ ਦੇ ਨਾਲ ਤੁਸੀਂ ਨਹੀਂ ਖੇਡਣਾ ਸੇਇੰਗ ਦੈਟ ਚੰਦੂ ਵਾਸ ਅ ਲੋ ਕਾਸਟ ਬਾਰਬਰ ਸਨ ਐਂਡ ਥੈਟ ਆਈ ਆਟ ਟੂ ਕੀਪ ਟੂ ਦ ਸਟੇਟਸ ਆਫ ਮਾਈ ਕਾਸਟ ਐਂਡ ਕਲਾਸ ਫਿਰ ਬੱਚੇ ਨੂੰ ਪਤਾ ਲੱਗਦਾ ਹੈ ਕਿ ਮੇਰੀ ਕਾਸਟ ਅਲੱਗ ਹੈ ਮੈਂ ਇਹਨਾਂ ਤੋਂ ਸੋਸਾਇਟੀ ਦੇ ਵਿੱਚ ਅਪਰ ਕਲਾਸ ਚ ਰਹਿ ਰਿਹਾ ਬਟ ਵਟ ਏਵਰ ਇਨ ਨੀਡ ਆਈਡੀਆਜ਼ ਆਈ ਹੈਡ ਇਨਹਰਟਿਡ ਫਰਮ ਮਾਈ ਫੋਰ ਫਾਦਰਸ ਅਰੇ ਚੀਜ਼ਾਂ ਅੱਗੇ ਤੋਂ ਅੱਗੇ ਬੱਚਿਆਂ ਨੂੰ ਪਰਿਵਾਰਾਂ ਦੇ ਵਿੱਚ ਸਿਖਾ ਦਿੱਤੀਆਂ ਜਾਂਦੀਆਂ I certainly had not inherited any sense of superiority lekin jo parivar de vich mainu sikhaya janda si bachche de mann vich ehoji koi gal nahi hundi jis tarah ki narrator de mann de vich bhi koi superior feeling nahi si ki main is to vaddi jatt da ha indeed i was always rather ashamed of the red caste mark which my mother put on my forehead every morning balki mainu ajeeb lagda si ki jo maa swere swere mere mathe te laal rang da tilak laga dindi end of the for for myles formalized pattern of the achkan the tight cotton trousers the gold worked shoes and the silk turban is aariyan cheezan note karn wali hai ki narrator di kapde ke hoje hunde si kyunki oh brahman parivar to belong karda si is karke ajkan pai jandi si aur tight cotton trousers pajama jo kutmi pajama oh paake rakhda si apwai jandi si aur gold worked shoes ਜੋ ਕਿ ਸੁਨਹਿਰਾ ਕੰਮ ਉਹਦੇ ਸ਼ੂਜ਼ ਦੇ ਉੱਪਰ ਕੀਤਾ ਜਾਂਦਾ ਸੀ ਸਿਲਕ ਦੀ ਟਰਬਨ ਹੁੰਦੀ ਸੀ ਇਹ ਸਾਰੇ ਕੱਪੜੇ ਉਹਨੂੰ ਪਵਾਏ ਜਾਂਦੇ ਸੀ ਐਂਡ ਆਈ ਲੌਂਗਡ ਫॉर द ਰਾਈਟ ਟੂ ਵੇਅਰ 올 ਦ ਸਪੈਕਟੈਕੂਲਰ ਕਨਗਲੋਮਰੇਸ਼ਨ ਆਫ ਕਲੋਥਸ ਲੇਕਿਨ ਮੈਨੂੰ ਕੱਪੜੇ ਚੰਦੂ ਦੇ ਅੱਛੇ ਲੱਗਦੇ ਸੀ ਕਿ ਉਹ ਰਲੀ ਮਿਲੀਆਂ ਚੀਜ਼ਾਂ ਉਹਨੇ ਜੋ ਪਾਈਆਂ ਹੁੰਦੀਆਂ ਸੀ ਹੁਣ ਚੰਦੂ ਦੇ ਕੱਪੜੇ ਕਿਹੋ ਜਿਹੇ ਹੁੰਦੇ ਸੀ ਅ ਪੇਅਰ ਆਫ ਖਾਕੀ ਸ਼ਾਰਟਸ ਵਿਚ ਦ ਰਿਟਾਇਰਡ ਸੂਬੇਦਾਰ ਹੈਡ ਗਿਵਨ ਹਿਮ ਰਿਟਾਇਰਡ ਸੂਬੇਦਾਰ ਦੀ ਦਿੱਤੀ ਹੋਈ ਖਾਕੀ ਸ਼ਾਰਟ ਨਿੱਕਰ ਪਾਈ ਹੁੰਦੀ ਸੀ ਚੰਦੂ ਨੇ ਅਫਰੇਡ ਬਲੈਕ ਵੈਲਵਟ ਵੇਸਟ ਕੋਟ ਇੱਕ ਵੈਲਵਟ ਵੇਸਟ ਕੋਟ ਪਾਇਆ ਹੁੰਦਾ ਸੀ ਡੈਕੋਰੇਟਡ ਆਲ ਓਵਰ ਵਿਦ ਸ਼ੈਲ ਬਟਨਸ ਐਂਡ ਅ ਰਾਉਂਡ ਫੈਲਡ ਕੈਪ ਔਰ ਇੱਕ ਕੈਪ ਜੋ ਕਿ ਕਿਨੇ ਦਿੱਤੀ ਸੀ ਉਹਨੂੰ ਲਾਲਾ ਹੁਕਮ ਚੰਦ ਲਾਲਾ ਹੁਕਮ ਚੰਦ ਕੌਣ ਸੀ ਦ ਲਾਇਰ ਆਫ ਆਵਰ ਵਿਲੇਜ ਅੰਡਰਲਾਈਨ ਕਰਨ ਵਾਲੀਆਂ ਚੀਜ਼ਾਂ ਹੈ ਨੋਟ ਡਾਊਨ ਕਰਨ ਵਾਲੀਆਂ ਚੀਜ਼ਾਂ ਹੈ ਕਿ ਲਾਲਾ ਹੁਕਮ ਚੰਦ ਜੋ ਕਿ ਵਿਲੇਜ ਦਾ ਲਾਇਰ ਸੀਗਾ ਉਹਨੇ ਕੁਝ ਆਪਣੀ ਹੈਟ ਦਿੱਤੀ ਹੋਈ ਸੀ ਰਿਟਾਇਰਡ ਸੂਬੇਦਾਰ ਨੇ ਮੇਰੀ ਕੱਪੜੇ ਦਿੱਤੇ ਹੋਏ ਸੀ ਔਰ ਸਾਰਾ ਕੁਝ ਰਲੇ ਮਿਲੇ ਜੇ ਤੋਂ ਪਾਂਦਾ ਸੀ ਤੇ ਨਰੇਟਰ ਨੂੰ ਆਪਣੇ ਨਾਲੋਂ ਜ਼ਿਆਦਾ ਸੋਹਣੇ ਕੱਪੜੇ ਉਹਦੇ ਲੱਗਦੇ ਸੀ ਦੂਸਰੀ ਗੱਲ ਜਿਹਦੇ ਤੇ ਕੀ ਚੰਦੂ ਤੋਂ ਚੰਦੂ ਦਾ ਜੋ ਕੁੰਮਣਾ ਫਿਰਨਾ ਉਹ ਬਹੁਤ ਜ਼ਿਆਦਾ ਨਰੇਟਰ ਨੂੰ ਅੱਛਾ ਲੱਗਦਾ ਸੀ ਐਂਡ ਆਈ ਇਨਵਾਈਡ ਮੈਨੂੰ ਈਰਖਾ ਹੁੰਦੀ ਸੀ ਕਈ ਵਾਰੀ ਚੰਦੂ ਦੀ ਆਜ਼ਾਦੀ ਤੋਂ ਵੀ ਹੀ ਇੰਜੋਏਡ ਆਫਟਰ ਹਿਸ ਫਾਦਰਸ ਡਾਈਡ ਆਫ ਪਲੇਗ ਚੰਦੂ ਦੇ ਪਿਤਾ ਦੀ ਮ੍ਰਿਤਿਉ ਪਲੇਗ ਦੇ ਨਾਲ ਹੋ ਗਈ ਔਰ ਉਸ ਤੋਂ ਬਾਅਦ ਉਹਦੀ ਸਾਰੀ ਜ਼ਿੰਮੇਵਾਰੀ ਚੰਦੂ ਦੇ ਮੋਢਿਆਂ ਤੇ ਆ ਗਈ ਔਰ ਜਦੋਂ ਉਹ ਅਲੱਗ-ਅਲੱਗ ਜਗ੍ਹਾ ਘੁੰਮ ਫਿਰ ਕੇ ਆਪਣਾ ਕੰਮ ਕਰਦਾ ਸੀ ਤਾਂ ਨੇ ਰੇਟਰ ਨੂੰ ਲੱਗਦਾ ਸੀ ਕਿ ਇਹਦੀ ਲਾਈਫ ਤਾਂ ਬਹੁਤ ਫ੍ਰੀ ਫ੍ਰੀ ਹੈ ਫਰ देन ਹੀ ਊਡ ਡੂ ਦਾ ਰਾਊਂਡ ਆਫ ਸ਼ੇਵਿੰਗ ਐਂਡ ਹੈਅਰ ਕਟਿੰਗ ਐਟ ਦਾ ਹਾਊਸਸਸ ਆਫ ਦਾ ਹਾਈ ਕਾਸ ਨੋਟੇਬਲਸ ਇਨ ਦਾ ਮਾਰਨਿੰਗ ਔਰ ਸਵੇਰ ਤੋਂ ਦਾ ਹੈਅਰ ਕਟਿੰਗ ਔਰ ਸ਼ੇਵਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਵੱਡੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹਾਈ ਕਾਸ ਜੋ ਸੀਗੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਬਾਥ ਐਂਡ ਡਰੈਸ ਐਂਡ ਦੈਨ ਸਟੀਲ ਅ ਰਾਈਡ ਟੂ ਟਾਊਨ ਉਹਨਾਂ ਦੀ ਸ਼ੇਵ ਕਰਨ ਤੋਂ ਬਾਅਦ ਘਰ ਆ ਕੇ ਨਾ ਆ ਕੇ ਕੱਪੜੇ ਪਾ ਕੇ ਤਿਆਰ ਹੋ ਕੇ ਔਰ ਸ਼ਹਿਰ ਵੱਲ ਚਲਾ ਜਾਂਦਾ ਸੀ ਔਰ ਇਹਨਾਂ ਦੇ ਵਿਲੇਜ ਤੋਂ ਸ਼ਹਿਰ ਦੀ ਦੂਰੀ 6 ਮਾਈਲਸ ਅਵੇ ਅੰਡਰਲਾਈਨ ਦਾ ਇੰਪੋਰਟੈਂਟ ਥਿੰਕ ਥਿੰਕ ਇਹਦੇ ਵਿੱਚ 6 ਮੀਲ ਦੀ ਦੂਰੀ ਉਹਨਾਂ ਦੇ ਪਿੰਡ ਤੋਂ ਸ਼ਹਿਰ ਦੀ ਸੀ ਔਰ ਉਹ ਕਿੱਦਾਂ ਜਾਂਦਾ ਸੀ ਉਹਦਾ ਸਾਧਨ ਕੀ ਹੁੰਦਾ ਸੀ ਔਨ ਦਾ ਫੁੱਟ ਰੈਸਟ ਆਫ ਕਲੋਜ਼ਡ ਗੈਰੇਜ ਆਫ ਵਿਚ ਲਾਲਾ ਹੁਕਮ ਚੰਦ ਟਰੈਵਲ ਟੂ ਦਾ ਟਾਊਨ ਲਾਲਾ ਹੁਕਮ ਚੰਦ ਜੋ ਕਿ ਲਾਇਰ ਸੀਗੇ ਉਹ ਪਿੰਡੋਂ ਸ਼ਹਿਰ ਤੱਕ ਜਾਣ ਵਾਸਤੇ ਜੋ ਉਹ ਘੋੜਾ ਗੱਡੀ ਕੈਰੇਜ ਜਿਹੜੀ ਹੁੰਦੀ ਸੀਗੀ ਟਾਂਗਾ ਹੁੰਦਾ ਸੀਗਾ ਉਹਦੇ ਵਿੱਚ ਜਾਂਦੇ ਸੀ ਔਰ ਉਹਦੇ ਜਿਹੜੇ ਫੁੱਟ ਰੈਸਟ ਦੇ ਉੱਪਰ ਬੈਠ ਕੇ ਕਿਉਂਕਿ ਚੰਦੋ ਨੀਵੀਂ ਜਾਤ ਦਾ ਸੀ ਉਹਦੇ ਨਾਲ ਨਹੀਂ ਬੈਠ ਸਕਦਾ ਸੀ ਸਿਰਫ ਫੁੱਟ ਰੈਸਟ ਜਿੱਥੇ ਪੈਰ ਰੱਖਦੇ ਉਸ ਜਗ੍ਹਾ ਦੇ ਉੱਤੇ ਬੈਠ ਕੇ ਉਸ ਟਾਂਗੇ ਦੇ ਵਿੱਚ ਚਲਾ ਜਾਂਦਾ ਸੀ ਬਟ ਚੰਦੂ ਵਾਸ ਕਾਈਂਡ ਟੂ ਮੀ ਹੁਣ ਚੰਦੂ ਔਰ ਨਰੇਟਰ ਦੀ ਆਪਸ ਦੇ ਵਿੱਚ ਕਿਹੋ ਜਿਹੀ ਬੰਦੀ ਸੀ ਚੰਦੂ ਮੇਰੇ ਲਈ ਬਹੁਤ ਜ਼ਿਆਦਾ ਕਾਈਂਡ ਸੀਗਾ ਹੀ ਨਿਊ ਥੈਟ ਆਈ ਵਾਸ ਸੈਲਡਮ ਟੇਕਨ ਟੂ ਟਾਊਨ ਉਹਨੂੰ ਪਤਾ ਸੀ ਕਿ ਮੈਂ ਕਦੀ ਸ਼ਹਿਰ ਤਾਂ ਗਿਆ ਨਹੀਂ ਐਂਡ ਆਈ ਹੈਡ ਟੂ ਟ੍ਰੈਜ 3 ਵੀਅਰੀ ਮਾਈਲਸ ਟੂ ਅ ਸੈਕੰਡਰੀ ਸਕੂਲ ਇਨ ਦ ਵਿਲੇਜ ਆਫ ਜੋਡੀਆਲਾ ਹੁਣ ਇਹ ਸਕੂਲ ਕਿੱਥੇ ਸੀਗਾ ਜਿੱਥੇ ਨਰੇਟਰ ਜਾਂਦਾ ਸੀ 3 ਮੀਲ ਤੁਰ ਕੇ ਜਾਂਦਾ ਸੀ ਔਰ ਇਹ ਸੈਕੰਡਰੀ ਸਕੂਲ ਜੋਡੀਆਲਾ ਦੇ ਵਿੱਚ ਸੀਗਾ ਵਿਦ ਦ ਫੀਅਰ ਆਫ ਗੋਡ ਇਨ ਮਾਈ ਹਾਰਟ ਔਰ ਹਰ ਟਾਈਮ ਦਿਲ ਦੇ ਵਿੱਚ ਡਰ ਰਹਿੰਦਾ ਸੀਗਾ

ਔਰ ਚੰਦੂ ਅਕਸਰ ਮੇਰੇ ਲਈ ਛੋਟੇ-ਛੋਟੇ ਉਪਹਾਰ ਲੈ ਕੇ ਆਉਂਦਾ ਸੀ ਬੱਚਿਆਂ ਦੇ ਲਈ ਛੋਟੀਆਂ ਚੀਜ਼ਾਂ ਵੀ ਬਹੁਤ ਵੱਡੀਆਂ ਲੱਗਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਦੀ ਨਹੀਂ ਦੇਖੀਆਂ ਲਾਈਕ ਅ ਪੇਂਟ ਬਰਸ਼ ਔਰ ਗੋਲਡ ਇਨਕ ਔਰ ਵਾਈਟ ਚਾਕ ਔਰ ਅ ਡਬਲ ਐਜਡ ਪੈਨ ਨਾਈਫ ਟੂ ਸ਼ਾਰਪਨ ਪੈਨਸਿਲਸ ਵਿਦ ਐਂਡ ਹੀ ਊਡ ਐਂਟਰੇਨ ਮੀ ਵਿਦ ਲੌਂਗ ਮੈਰੀ ਡਿਸਕ੍ਰਿਪਸ਼ਨਸ ਆਫ ਦ ਵੈਰਾਈਟੀ ਆਫ ਥਿੰਗਸ ਹੀ ਸੋ ਇਨ ਦ ਬਾਜ਼ਾਰਸ ਆਫ ਸਿਵਲਾਈਜ਼ੇਸ਼ਨ بازارز اف سویلائزیشن مطلب شہر تو جو چھوٹی چھوٹی چیزاں لے کے آندا سی کدی پینٹ برش لایا کدی گولڈنگ کدی وائٹ چاک یا پھر پینسل کڑن واسطے ایک پین نائف چھوٹا جہا چاکو اساریاں چیزاں نو دیکھ کے مینوں بہت زیادہ خوشی ہوندی سی ہی واز پارتیکولرلی ڈیٹیلڈ ان ہز ڈسکرپشن اف دی ونڈر فل انگلش سٹائل ان کلوز وچ ہی سو دا صاحبز اینڈ دا لوررز دا چپراسیز اینڈ دا پولیس مین ویئرنگ اٹ دا ڈسٹرکٹ کورٹ ਔਰ ਜਦੋਂ ਮੈਂ ਇਹਨਾਂ ਗੱਲਾਂ ਕਰਦਾ ਸੀ ਤੇ ਉਹ ਦੱਸਦਾ ਸੀ ਕਿ ਸ਼ਹਿਰ ਦੇ ਵਿੱਚ ਇੰਗਲਿਸ਼ ਕੱਪੜੇ ਕਿਵੇਂ ਲੋਕਾਂ ਨੇ ਪਾਏ ਹੋਏ ਆ ਯੂਨੀਫਾਰਮਸ ਕਿਵੇਂ ਦੀਆਂ ਪਾਈਆਂ ਲਾਇਰਸ ਕੀ ਪਾਉਂਦੇ ਆ ਸਾਹਿਬ ਵੱਡੇ ਵੱਡੇ ਅਫਸਰ ਕੀ ਪਾਉਂਦੇ ਚਪੜਾਸੀ ਕੀ ਪਾਉਂਦੇ ਔਰ ਪੁਲਿਸਮੈਨ ਕੀ ਪਾਉਂਦੇ ਆ ਐਟ ਦ ਡਿਸਟ੍ਰਿਕਟ ਕੋਰਡ ਵੇਅਰ ਹੀ ਹੈਡ ਟੂ ਵੇਟ ਫਾਰ ਦ ਜਰਨੀ ਹੋਮ ਐਟ ਦ ਬੈਕ ਆਫ ਲਾਲਾ ਹੁਕਮ ਚੰਦਸ ਫੈਟਨ ਅਰੇ ਸਾਰੀਆਂ ਚੀਜ਼ੋ ਕਿੱਥੇ ਦੇਖਦਾ ਦੇਖਦਾ ਹੁੰਦਾ ਸੀ ਜਦੋਂ ਉਹਨੇ ਲਾਲਾ ਹੁਕਮ ਚੰਦ ਤੇ ਨਾਲ ਵਾਪਸ ਆਣਾ ਹੁੰਦਾ ਸੀ ਆਪਣੇ ਪਿੰਡ ਨੂੰ ਉਹ ਉੱਥੇ ਬੈਠ ਕੇ ਉਹਦੀ ਵੇਟ ਕਰਦਾ ਸੀਗਾ ਐਂਡ ਵਾਂਸ ਅਰ ਥ੍ਰਾਈਜ਼ੀ ਐਕਸਪ੍ਰੈਸਡ ਟੂ ਮੀ ਅ ਸਿਕਰਟ ਵਿਸ਼ ਹੀ ਹੈਡ ਟੂ ਸਟੀਲ ਸਮ ਮਨੀ ਫਰਮ ਦ ਪਿਕਚਰ ਵੇਅਰ ਹਿਸ ਮਦਰ ਕੈਪਟ ਦ ਇਮੋਲਮੈਂਟਸ ਆਫ ਹਿਸ ਪ੍ਰੋਫੈਸ਼ਨਲ ਸਕਿਲਸ ਟੂ ਬਾਈ ਹਿਮਸੈਲਫ ਅ ਰਿਗ ਆਊਟ ਲਾਈਕ ਆਫ ਥੈਟ ਕਾਲਾ ਖਾਨ ਅਰ ਨਾਲ ਹੀ ਉਹਨੇ ਇੱਕ ਬਰ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਮੇਰਾ ਦਿਲ ਕਰਦਾ ਹੈ ਕਿ ਜਿਹੜੀ ਜਿੱਥੇ ਮੇਰੀ ਮਾਂ ਪੈਸੇ ਰੱਖਦੀ ਹੈ ਨਾ ਉਹ ਸਾਰੇ ਪੈਸੇ ਲੈ ਕੇ ਮੈਂ ਇੱਕ ਡਰੈਸ ਲਵਾ ਆਪਣੀ ਕੈਦੇ ਵਰਗੀ ਡਰੈਸ ਲਗਾ ਲਵਾ ਕਾਲਾ ਖਾਨ ਕੌਣ ਹੈ ਕਾਲਾ ਖਾਨ ਦ ਡੈਂਟਿਸਟ ਸ਼ਹਿਰ ਦੇ ਵਿੱਚ ਡੈਂਟਿਸ ਦਾ ਕੰਮ ਕਰਦਾ ਹੈ ਔਰ ਚੰਦੂ ਉਹਦੇ ਵੇਅਰ ਆਊਟ ਤੋਂ ਬਹੁਤ ਜ਼ਿਆਦਾ ਇੰਪ੍ਰੈਸਡ ਹੋਇਆ ਹੋਇਆ ਹੀ ਸੈਡ ਕੀ ਕਹਿੰਦਾ ਸੀ ਕਾਹੂ ਕਾਲਾਖਾਨ ਦੇ ਬਾਰੇ ਪਰਫਾਰਮਡ ਮਿਰਕਲਸ ਇਨ ਦਾ Town ਉਹ ਚਮਤਕਾਰ ਕਰਦਾ ਹੈ ਕੀ ਚਮਤਕਾਰ ਕਰਦਾ ਹੈ ਪਿੰਡ ਦੇ ਬੱਚਿਆਂ ਦੇ ਲਈ ਇਹ ਚਮਤਕਾਰ ਹੀ ਸੀ ਫਿਟਿੰਗ ਪੀਪਲ ਵਿਦ ਰੋਜ਼ ਆਫ ਟੀਥ ਐਂਡ ਇਵਨ ਨਿਊ ਆਈਜ਼ ਲੋਕਾਂ ਦੇ ਦੰਦ ਫਿਟ ਕਰਨਾ ਜਾਂ ਨਵੀਆਂ ਅੱਖਾਂ ਮਤਲਬ ਚਸ਼ਮਿਆਂ ਦਾ ਕੰਮ ਕਰਦਾ ਹੈ ਹੀ ਡਿਸਕ੍ਰਾਈਬ ਟੂ ਮੀ ਦਾ ਅਪੀਅਰੈਂਸ ਆਫ ਕਾਲਾਖਾਨ ਔਰ ਮੈਨੂੰ ਜਦੋਂ ਡਿਸਕ੍ਰਾਈਬ ਕਰਦਾ ਖਾਲਾ ਖਾਨ ਦੇ ਬਾਰੇ ਤੇ ਕੀ ਦੱਸਦਾ ਅ ਯੰਗ ਮੈਨ ਵਿਦ हेयर 파ਰਟਡ ਔਨ ਵਨ ਸਾਈਡ ਜਿਹਦੇ ਵਾਲ ਇੱਕ طرف ਨੂੰ ਵਾਏ ਹੋਏ ਐ ਐਂਡ ਡਰੈਸਡ ਇਨ ਅ ਸਟ੍ਰੈਚਡ ਸ਼ਰਟ ਸਟਾਰਚ ਸ਼ਰਟ ਸਟਾਰਚ ਕੀਤੀ ਹੋਈ ਮੰਡੀ ਲੱਗੀ ਹੋਈ ਕਾਟਨ ਦੀ ਸ਼ਰਟ ਐਂਡ ਆਈਵਰੀ ਕਾਲਰ ਐਂਡ ਬੋ ਟਾਈ ਅ ਬਲੈਕ ਕੋਟ ਐਂਡ ਸਟ੍ਰਾਈਪਡ ਟਰੌਜ਼ਰਸ ਐਂਡ ਅ ਵੰਡਰਫੁਲ ਰਬਬਰ ਓਵਰ ਕੋਟ ਐਂਡ ਪੰਪਸ ਇਸ ਸਾਰੇ ਕਪੜੇ ਟਾਈ ਲੱਗੀ ਹੋਈ ਐ ਔਰ ਓਵਰ ਕੋਟ ਪਾਇਆ ਹੋਇਆ ਐ and he recounted to me the skies with which he magician with this magician unpacked the greasy leather handbag and unflourished and flourished his shining steel instruments or ohde hath vich pakde hoye leather bag aur ohde vich chamakdar steel de auzar jinna nu istemal karda si apne dentist de kaam de vich oh sara kuch chandnu bahut zyada impress karda si then he asked my advice on the question of whether as a barber educated to the fifth primary class, or ki sirf kya likha barber he would not look more dignified in his two wore a dress in the style of doctor kala khan. for though i am not a high educated doctor, he said, i learned how to treat pimples, boils, and curds of people's bodies from my father, who learned from his father before him. ਆਪਣੇ ਆਪ ਨੂੰ ਕਲੈਰੀਫਾਈ ਕਰਦੇ ਹੋਏ ਕਹਿੰਦਾ ਸੀ ਠੀਕ ਹੈ ਮੈਂ ਪੜਿਆ ਲਿਖਿਆ ਡਾਕਟਰ ਤਾਂ ਨਹੀਂ ਹੈ ਲੇਕਿਨ ਮੈਂ ਘੱਟ ਪੜਿਆ ਲਿਖਿਆ ਹੀ ਸਹੀ ਲੇਕਿਨ ਮੈਨੂੰ ਪਤਾ ਹੈ ਕਿ ਹਾਊ ਟੂ ਟ੍ਰੀਟ ਪਿੰਪਲਸ ਲੋਕਾਂ ਦੇ ਪਿੰਪਲਸ ਨੂੰ ਕਿਵੇਂ ਟ੍ਰੀਟ ਕਰਨਾ ਹੈ ਜਾਂ ਫਿਰ ਕਿਤੇ ਕੱਟ ਲੱਗ ਗਿਆ ਉਹਨੂੰ ਕਿਵੇਂ ਠੀਕ ਕਰਨਾ ਹੈ ਕਿਉਂਕਿ ਇਹ ਬਾਰ-ਬਾਰ ਦੇ ਕੰਮ ਦੇ ਵਿੱਚ ਇਹ ਚੀਜ਼ਾਂ ਨੂੰ ਉਹ ਜਾਣ ਗਿਆ ਸੀਗਾ ਆਪਣੇ ਪਿਤਾ ਤੋਂ I agreed with his project and encouraged him with the enthusiasm felt for everything that my hero thought or did. मेरे लीता चंदू हीरो तो काट नहीं सका और मैं ओधी हमेशा हौसला अफजाई करता सी। One day I was thrilled to find Chandu at the door of my house in the morning. अरिक दिन मैं चंदू को अपने घर के दरवाजे से देख के हैरान हो गया। He was dressed up in a white turban a white rubber coat a little too big big for him but nevertheless very splanted aur ohne ki paya hoya siga ohne white turban white rubber coat paya si jo ki ohnu bahut vadda lag rya si paya hoya lekin bahut zyada shandar bhi nahi keh sakte a pair of pumps in which i could see my face reflected in clear silhouette aur o azar ude kol jede paye si ge ude vich inni chamak si ki main apna chehra ਸਾਫ ਦੇਖ ਸਕਦਾ ਸੀਗਾ ਐਂਡ ਹੀ ਹੈਡ ਅ ਲੈਦਰ ਬੈਗ ਇਨ ਹਿਸ ਹੈਂਡ ਆਪਣੇ ਹੱਥ ਵਿੱਚ ਇੱਕ ਲੈਦਰ ਦਾ ਬੈਗ ਫੜਿਆ ਹੋਇਆ ਸੀ ਹੀ ਵਾਸ ਸੈਟਿੰਗ ਆਫ ਔਨ ਹਿਸ ਰਾਉਂਡ ਐਂਡ ਹੈਡ ਕਮ ਟੂ ਸ਼ੋ ਮੀ ਹਾਊ ਗ੍ਰੈਂਡ ਹੀ ਲੁੱਕਡ ਇਨ ਹਿਸ ਨਿਊ ਰਿਗਾਉਡ ਆਪਣੇ ਨਵੇਂ ਕੱਪੜਿਆਂ ਦੇ ਵਿੱਚ ਉਹ ਕਿਵੇਂ ਲੱਗ ਰਿਹਾ ਸੀ ਉਹ ਮੈਨੂੰ ਦਿਖਾਉਣ ਵਾਸਤੇ ਆਇਆ ਸੀ ਔਰ ਮਾਰਵਲਸ ਆਈ ਸੈਡ ਮਾਰਵਲਸ ਬਹੁਤ ਸ਼ਾਨਦਾਰ ਐ ਮੈਂ ਆਮੇ ਕਿਹਾ ਐਂਡ ਹੀ ਰਸ਼ਡ ਆਫ ਟੁਵਰਡਸ ਦਾ ਹਾਊਸ ਆਫ ਲੈਂਡਲੋਰਡ ਫਿਰ ਉਹ ਚਲਾ ਗਿਆ ਲੈਂਡਲੋਰਡ ਦੇ ਹਾਊਸ ਦੇ ਵਿੱਚ ਜਿੱਥੇ ਕਿ ਉਹਨੇ ਸ਼ੇਵ ਕਰਨਾ ਸੀਗਾ ਹோம் ਹੀ ਸ਼ੇਵਡ ਏਵਰੀ ਮਾਰਨਿੰਗ ਰੋਜ਼ ਉਹਦੇ ਘਰ ਜਾਂਦਾ ਸੀ ਮਾਈਸੈਲਫ ਫਾਲੋਇੰਗ ਐਡਮਾਇਰਿੰਗਲੀ ਬਿਹਾਈਂਡ ਮੈਂ ਉਹਦੇ ਪਿੱਛੇ ਪਿੱਛੇ ਚੱਲ ਰਿਹਾ ਗਿਆ ਥੇਰ ਵਰ ਨਾਟ ਮਨੀ ਪੀਪਲਸ ਇਨ ਦ ਸਟਰੀਟ ਐਟ ਦਿਸ ਟਾਈਮ ਇਸ ਛੋਟੀ ਗਲੀ ਦੇ ਵਿੱਚ ਜ਼ਿਆਦਾ ਲੋਕ ਨਹੀਂ ਸੀ ਸਵੇਰ ਦਾ ਟਾਈਮ ਸੀ ਸੋ ਹੀ ਅਲੋਨ ਵਿਟਨੈਸਦ ਗਲੋਰੀ ਆਫ ਚੰਦੂ ਮੇ ਸ਼ਾਨ ਦੇਖਣ ਵਾਲਿਆਂ ਦੇ ਵਿੱਚ ਕੱਲਾ ਹੀ ਸੀਗਾ ਚੰਦੂ ਦੀ ਜੋ ਸ਼ਾਨ ਬਣਦੀ ਪਈ ਸੀ ਡਰੈਸਡ ਅਪ ਐਜ਼ ਅ ਡਾਕਟਰ ਦੀ ਤਰ੍ਹਾਂ ਨੇ ਕੱਪੜੇ ਪਾਏ ਸੀ ਐਕਸੈਪਟ ਆਫ ਕੋਰਸ ਹੀ ਹਿਮਸੈਲਫ ਸੀਮਡ ਰੈਦਰ 셀ਫ ਕੌਂਸ਼ੀਅਸ ਐਂਡ ਹੀ ਸਟਰਟਡ ਅਪ ਦ ਸਟਰੀਟ ਕੇਅਰਫੁਲੀ ਅਵਾਈਡਿੰਗ ਦ ਟੇਂਟ ਆਫ ਕਾਊ ਡੰਕੀ ਕਿਕਸ which flowed through the drains aur apne aap nu naliyan to vagde hoy gohe to ਜਦ ਜੋ ਸਫਾਈ ਉਰੇਜ਼ੀ ਕਰਾਣ ਦੇ ਵਿੱਚੋਂ ਉੱਥੋਂ ਪਾਣੀ ਵਗ ਕੇ ਬਾਹਰ ਡਰੇਨਸ ਦੇ ਵਿੱਚੋਂ ਆ ਰਿਹਾ ਸੀ ਨਾਲੀਆਂ ਚੋਂ ਆ ਰਿਹਾ ਸੀ ਆਪਣੇ ਕੱਪੜਿਆਂ ਨੂੰ ਬਚਾਉਂਦਾ ਹੋਇਆ ਜਿਸ ਚਾਨ ਦੇ ਨਾਲ ਉਹ ਗਲੀ ਦੇ ਵਿੱਚ ਜਾ ਰਿਹਾ ਸੀ ਮੈਂ ਇਕੱਲਾ ਹੀ ਉਹਨੂੰ ਦੇਖਣ ਵਾਲਾ ਸੀ ਬਟ ਐਸ ਵੀ ਟਰਨਡ ਦ ਹੋਮ ਆਫ ਦਾ ਲੈਂਡਲੋਰਡ ਵੀ ਮੈਟ ਦੇਵੀ ਜਿੱਦਾਂ ਹੀ ਲੈਂਡਲੋਰਡ ਦੇ ਘਰ ਨੂੰ ਮੁੜੇ ਉੱਥੇ ਅਸੀਂ ਦੇਵੀ ਨੂੰ ਮਿਲੇ ਇਹ ਦੇਵੀ ਕੌਣ ਸੀ ਦਾ ਲੈਂਡਲੋਰਡਸ ਲਿਟਲ ਸਨ ਇਹ ਲੈਂਡਲੋਰਡ ਦਾ ਛੋਟਾ ਬੇਟਾ ਸੀ हू कलैपड हिज हैंडस विद जॉइंट शाउटे टू अनाउंस द कमिंग ऑफ चंदू और तालिया मार मार के चिल्ला के चंदू के आन की गल बोलन लग गया द बारबर इन अ ब्यूटीफुलरोइक ड्रैस लाइक दैट ऑफ द पादरी साहेब ऑफ द मिशन स्कूल कि चंदू किए लग रहा है जिस तरह मिशन स्कूल देदरी साहेब है हम लैंडलॉर्ड का जिंदा नाम कि विजय चंद है ओद रियक्शन की है चंदू ने देख के राम 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 said Bijetan he burly landlord the burly landlord touching the secret thread which hung over his ear since he had just been to the laboratory aur landlord ne apne janeyo nu kan te tangya hoya kyonki hun hi ho apne washroom to bahar aaya hai aur unne jadon chandunu dekhya ate ohnu gaala kadniya shuru kar dittiyan the son of a pig he is bringing a leather bag of cow hide into our house and a coat of marrow of i don't know some other animals and those evil black and grey shoes hari ki cheez de upar question mark laga deta ki leather da bag hai pata nahi kide janwar to bani hoyian cheeza di skin to hoyian ohde marrow to baneya hoya bones to baneya hoyian cheeza ਅੰਗਰੇਜ਼ੀ ਸ਼ੂਜ਼ ਉਹ ਵੀ ਲੈਦਰ ਦੇ ਬਣੇ ਹੋਏ ਆ ਤੇ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰਿਸ਼ਟ ਮੰਨਦੇ ਸੀ ਉਸ ਟਾਈਮ ਦੇ ਬ੍ਰਾਹਮਣ ਔਰ ਕਿਹਾ ਜਾਂਦਾ ਸੀਗਾ ਕਿ ਇਹੋ ਜਿਹੀਆਂ ਚੀਜ਼ਾਂ ਅਗਰ ਉਹਨਾਂ ਦੇ ਘਰ ਦੇ ਵਿੱਚ ਆ ਗਈਆਂ ਤੇ ਫਿਰ ਉਹਨਾਂ ਦਾ ਘਰ ਪ੍ਰਿਸ਼ਟ ਹੋ ਗਿਆ ਗੇਟ ਆਊਟ ਗੇਟ ਆਊਟ ਯੂ ਸਨ ਆਫ ਅ ਡੈਵਲ ਯੂ ਵਿਲ ਡਿਫਾਈਲ ਮਾਈ ਰਿਲੀਜਨ ਤੂੰ ਮੇਰਾ ਧਰਮ ਪ੍ਰਿਸ਼ਟ ਕਰ ਦਿੱਤਾ ਆਈ ਸੁਪੋਜ਼ ਯੂ ਹੈਵ ਨੋ ਫੀਅਰ ਆਫ ਐਨੀਵਨ ਨਾਓ ਦੈਟ ਯੂਰ ਫਾਦਰ ਇਜ਼ ਡੈਡ ਹੁਣ ਪਿਤਾ ਦਾ ਸਾਇਆ ਸਿਰ ਤੇ ਨਹੀਂ ਹੈ ਤੇ ਹੁਣ ਤੈਨੂੰ ਕਿਸੇ ਦਾ ਡਰ ਹੀ ਨਹੀਂ ਰਹਿ ਗਿਆ ਬਟ ਆਈ ਏਮ ਵੇਅਰਿੰਗ ਦ ਕਲੋਥਸ ਆਫ ਅ ਡਾਕਟਰ ਚੰਦੂ ਨੇ ਕਿਹਾ ਲੇਕਿਨ ਜ਼ਗੀਰਦਾਰ ਸਾਹਿਬ ਮੈਂ ਤਾਂ ਸਿਰਫ ਡਾਕਟਰ ਦੇ ਕੱਪੜੇ ਪਾਏ ਹੋਏ ਆ ਗੋ ਅਵੇ ਯੂ ਸਵਿਨ ਗੋ ਅਵੇ ਐਂਡ ਵੇਅਰ ਕਲੋਥਸ ਬੀ ਫਿਟਿੰਗ ਯੋਰ ਲੋਅ ਸਟੇਟਸ ਐਜ਼ ਅ ਬਾਰਬਰ ਦੌੜ ਜਾਇ ਤੂੰ ਔਰ ਉਹੀ ਕੱਪੜੇ ਪਾ ਕੇ ਆਓ ਜੋ ਤੈਨੂੰ ਤੇਰੇ ਬਾਰਬਰ ਦੇ ਕੱਪੜੇ ਹੁੰਦੇ ਐਂਡ ਡੋਨਟ lets me see you practicing any of your new fanged notions or else i will have you flogged ਔਰ ਧਮਕੀ ਦੇ ਕੇ ਉਹਨੂੰ ਭੇਜਿਆ ਕਿ ਆਪਣੇ ਦੁਬਾਰਾ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਮੇਰੇ ਘਰ ਨਹੀਂ ਆਉਣਾ ਬਟ ਰਾਜ ਵਿਜੇ ਚੰਦ ਸਾਹਿਬ ਚੰਦੂ ਅਪੀਲਡ बोलना ਚਾਹੁੰਦਾ ਹੈ ਕੁਝ ਲੇਕਿਨ ਉਹਨੂੰ ਬੋਲਣ ਵੀ ਨਹੀਂ ਦਿੱਤਾ ਗਿਆ ਔਰ ਲੈਂਡਲੋਰਡ ਨੇ ਸ਼ਾਊਟ ਕਰਕੇ ਬੁਲਾਇਆ ਗੈਟ ਅਵੇ ਗੈਟ ਅਵੇ ਯੂ ਯੂਸਲੈਸ ਵਨ ਦੋਟ ਜੋਇਥੂ ਡੋਨਟ ਕਮ ਐਨੀ ਨੀਅਰਰ ਮੇਰੇ ਬਿਲਕੁਲ ਨਜ਼ਦੀਕ ਨਹੀਂ ਆਣਾ ਔਰ ਵੀ ਵਿਲ ਹੈਵ ਟੂ ਟ੍ਰੀਟ ਦ ਹੋਲ ਹਾਊਸ ਵਿਦ ਦ ਸੈਕ੍ਰੇਡ ਗਾਊ ਦੰਗ ਟੂ ਪਿਊਰੀਫਾਈਟ ਨਹੀਂ ਤਾਂ ਮੈਨੂੰ ਸਾਰੇ ਘਰ ਨੂੰ ਦੁਬਾਰਾ ਜਿਸ ਤਰ੍ਹਾਂ ਪਹਿਲੇ ਗੋਹਾ ਮਿੱਟੀ ਫੇਰਦੇ ਸੀਗੇ ਜਿਹਦੇ ਨਾਲ ਕੀ ਘਰ ਦੀ ਪਵਿੱਤਰਤਾ ਮੰਨੀ ਜਾਂਦੀ ਸੀ ਕਿ ਘਰ ਸ਼ੁੱਧ ਹੋ ਗਿਆ ਤੇ ਅਗਰ ਤੂੰ ਮੇਰੇ ਘਰ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੰਦਰ ਮੇਰੇ ਕੋਲ ਆਇਆ ਤੇ ਮੈਨੂੰ ਸਾਰਾ ਘਰ ਦੁਬਾਰਾ ਤੋਂ ਸ਼ੁੱਧ ਕਰਨਾ ਪੈਣਾ ਚੰਦੂ ਵਾਪਸ چلا ਗਿਆ ਹਿਸ ਫੇਸ ਵਾਸ ਫਲਸ਼ਡ ਹੀ ਵਾਸ ਕੰਪਲੀਟਲੀ ਟੇਕਨ ਅ ਬੈਕ ਹੀ ਡਿਡਨਟ ਲੁੱਕ ਐਟ ਮੀ ਬਿਕਾਜ਼ ਆਫ ਦ ਸ਼ੇਮ ਹੀ ਫੈਲਟ ਐਟ ਬੀਇੰਗ ਇਨਸਲਟਡ ਬਿਫੋਰ ਮੀ ਹੂਜ਼ ਅ ਹੀਰੋ ਹੀ ਨਿਊ ਹੀ ਵਾਸ उन्हें मेरिया अखा वाल देखया भी नहीं क्योंकि उन्होंने इस चीज़ के लिए शर्म महसूस हो रही थ कि मैं उस सामने मैनु बेइजत किया गया जिदे कि मैं हीरो एंड ही रश टूवर्ड्स द शॉप ऑफ थानू राम और फिर वो थानू राम शॉप वाल चला गया ये थानू राम कौन स ही वॉज़ द साहू ऑफ द विलेज विलेज का शाहूकार से कई बार एग्जाम के छोटे छोटे क्वेश्चन आँदे है कि लैंडलॉर्ड का नाम की सैंडलॉर्ड के बेटे का नाम की सवी सेगा और यह कौन है थानू राम है who kept a grocer's store at the corner of the lane jo ki kiryanne di dukaan da kaam gali de kone vich karda si Devi the landlord's son had begun to cry at his father's harsh words Devi nu apne pita de kahe hoye shabd bahut bure lage aur rona shuru kar ditta and a staff uh, stop to quieten him main unnu chup karan ले रुक गया व्हेन आई गॉट द हेड ऑफ द लेन आई सॉ द शाहूकार विद वन एंड ऑफ द स्केल इन व्हिच ही हैड बीन वेइंग ग्रेन लिफ्टेड इन वन हैंड जदों मैं फिर दोबारा गली च निकल के देखया ते उस टाइम चंदू नु बहुत बुरी तरह गालियां पे रही हां सी शाहूकार तो भी यू लिटिल स्वाइन यू गो दिस गाइजिंग योरसेल्फ एज़ अ क्लाउन ਜੋਕਰ ਬਣ ਕੇ ਆ ਗਏ ਆ ਕੀ ਬਣ ਕੇ ਆ ਗਏ ਵੈਨ ਯੂ ਆਟ ਟੂ ਬੀ ਬੀਅਰਿੰਗ ਯੋਰ ਰਿਸਪੌਂਸਿਬਿਲਟੀਜ਼ ਐਂਡ ਲੁਕਿੰਗ ਆਫਟਰ ਯੋਰ 올ਡ ਮਦਰ ਜਦ ਕੀ ਤੈਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ ਆਪਣੀ ਬੁੱਢੀ ਮਾਂ ਨੂੰ ਦੇਖਣਾ ਤੇ ਤੂੰ ਆ ਕੇ ਬਣੀ ਫਿਰਦਾ ਯੂ ਗੋ ਵੇਅਰਿੰਗ ਦ ਡਿਫਾਈਲਡ ਕਲੋਥਸ ਆਫ ਦ ਹਸਪੀਟਲ ਫੋਕ हॉस्पिटल तो उठा के पता नहीं कहते कपड़े पा के आ गया गो एंड कम बैक इन योर ओन क्लोथ्स जाके अपने दोबारा कपड़े सही पा के आओ देन आई शैल लेट यू कट माई हेयर फिर ही मैं तेन अपने बाला न कट्ट दूंगा एंड हैज़ ही सैड सो ही फेल्ट फॉर द रिचुअल टफ नॉट ऑन द टॉप ऑफ हिज हैड ये सब कुछ कहद्या हो वो अपने सिर द ਜੋ ਬਾਲ ਸੀ ਉਹਨਾਂ ਨੂੰ ਸਹਲਾ ਰਿਹਾ ਸੀ ਚੰਦੂ ਲੁੱਕਡ ਵੈਰੀ ਕ੍ਰੈਸਟ ਫਾਲਨ ਐਂਡ ਰੈਨ ਇਨ ਅ ਵਾਈਲਡ ਰੇਡ ਪਾਸਟ ਮੀ ਐਸ ਇਫ ਆਈ ਹੈਡ ਬੀਨ ਰਿਸਪੋਨਸਿਬਲ ਫਾਰ ðiਸ ਮਿਸਹੈਪਸ ਐਂਡ ਆਈ ਨੀਅਰਲੀ ਕ੍ਰਾਈਡ ਟੂ ਥਿੰਕ ਥੈਟ ਹੀ ਹੇਟਿਡ ਮੀ ਨਾਓ ਜਸਟ ਬਿਕਾਉਜ਼ ਆਈ ਬਿਲੋਂਗ ਟੂ ਅ ਸੁਪੀਰੀਅਰ ਕਾਸਟ ਇਹ ਸਭ ਕੁਝ ਜੋ ਵੀ ਕੁਝ ਚੰਦੂ ਦੇ ਨਾਲ ਹੋਇਆ ਮੈਨੂੰ ਲੱਗਾ ਕਿ ਸ਼ਾਇਦ ਹੁਣ ਉਹ ਮੈਨੂੰ ਵੀ ਇਸ ਚੀਜ਼ ਦੇ ਲਈ ਜ਼ਿੰਮੇਵਾਰ ਸਮਝੇਗਾ ਕਿਉਂਕਿ ਮੈਂ ਵੀ ਇੱਕ ਸੁਪੀਰੀਅਰ ਕਾਸਟ ਤੋਂ ਬਿਲੋਂਗ ਕਰਦਾ ਹਾਂ मैं पिछयों चिल्ला के उन्होंने कहा गो टू पंडित परमानंद आई शाउटेड आफ्टर हिम एंड टेल हिम दैट दीज गारमेंट्स यू आर वेयरिंग आर नॉट अन मैं क्या दौड़ के पंडित परमानंद को जाओ और कहो कि ये कपड़े साफ है गंदे नहीं है हो सो यू आर इन द लीग विद हिम और इन्नी गल बोलन ही पंडित परमानंद जो कि पहले ही देख रहे थे इमरजिंग फ्रॉम द लैंडलॉर्ड्स होम वो लैंडलॉर्ड के घरों बाहर आए जितों कि उन्होंने सारी गल का पता लग गया सी। ਮੈਨੂੰ ਕਿਹਾ ਚਾ ਤੂੰ ਵੀ ਉਹਦੇ ਨਾਲ ਹੈ ਵੇਅਰ ਹੀ ਹੈਡ ਬੀਨ ਅਪੇਰੈਂਟਲੀ ਸਮਨ ਟੂ ਡਿਸਕਸ ਥਿਸ ਅਨਹੋਲੀ ਇਮਰਜੈਂਸੀ ਯੂ ਬॉयਜ਼ ਹੈਵ ਬੀਨ ਸਪੋਇਲਡ ਬਾਈ ਦ ਸਕੂਲ এডੂਕੇਸ਼ਨ ਤੁਹਾਨੂੰ ਸਕੂਲ ਵਾਲੇ ਨੇ ਵਿਗਾੜ ਦਿੱਤਾ ਹੈ ਸਕੂਲ ਦੀ ਪੜ੍ਹਾਈ ਨੇ ਤੁਹਾਨੂੰ ਖਰਾਬ ਕਰ ਦਿੱਤਾ ਵਿਚ ਯੂ ਹੈਵ ਗਾਟ ਇਟ ਮੇ ਬੀ 올 ਰਾਈਟ ਫਾਰ ਯੂ ਟੂ ਵੇਅਰ ਦੋਜ਼ ਲਿਥ ਥਿੰਗਸ ਬਿਕਾਉਜ਼ ਯੂ ਆਰ ਗੋਇੰਗ ਟੂ ਬੀ ਅ ਲਰਨਡ ਮੈਨ ਹਾਂ ਤੇਰੇ ਲਈ ਇਹ ਸਾਰੀਆਂ ਚੀਜ਼ਾਂ ਪਾਏਗਾ ਤੇ ਬੁਰਾ ਨਹੀਂ ਹੋਏਗਾ ਕਿਉਂਕਿ ਤੂੰ ਪੜ੍ਹਿਆ ਲਿਖਿਆ ਇਨਸਾਨ ਹੈ ਬਟ ਵਟ ਰਾਈਟ ਹੈਜ਼ ਦਟ ਲੋ ਕਾਸਟ ਬாய் ਟੂ ਸੱਚ ਅ ਪੈਰ ਲੇਕਿਨ ਇੱਕ ਲੋ ਕਾਸਟ ਦੇ ਬੋਏ ਨੂੰ ਇਹ ਸਾਰਾ ਕੁਝ ਕਪੜੇ ਪਾਉਣ ਦਾ ਕੋਈ ਹੱਕ ਨਹੀਂ ਹੈ ਹੀ ਹੈਜ਼ ਗੋਟ ਟੂ ਟੱਚ ਆਵਰ ਬੀਅਰਡਸ ਆਵਰ ਹੈਡ ਐਂਡ ਆਵਰ ਹੈਂਡਸ ਉਹਨੇ ਸਾਡੇ ਬਾਲਾਂ ਨੂੰ ਵੀ ਹੱਥ ਲਗਾਣਾ ਹੈ ਸਾਡੀ ਦਾੜੀ ਨੂੰ ਵੀ ਲਗਾਣਾ ਹੈ ਸਾਡੇ ਹੱਥਾਂ ਨੂੰ ਵੀ ਹੀ ਇਜ਼ ਡਿਫਾਈਲਡ ਇਨਫ ਬਾਇ ਗੋਡ ਉਹਨੂੰ ਤਾਂ ਪਰਮਾਤਮਾ ਨੇ ਪਹਿਲੇ ਹੀ ਅਪਵਿੱਤਰ ਬਣਾਇਆ ਹੋਇਆ ਹੈ ਅਸ਼ੁੱਧ ਬਣਾਇਆ ਹੋਇਆ ਹੈ why does he want to become more defiled hor kyun ashuddh hunda you are a high caste boy aur tusi to uchi jaat de bacche ho and he is a low caste devil he is a rug इतना था ठग है चंदू ने सारा कुछ सुनया डिड नॉट लुक बैक एंड ट्रैन इन अ फ्लरी पिछे मुड़ के नहीं देखा और दौड़ के चला गया एज इफ ही वर on ऑन purpose विच अक्यूपाइड हिम मोर than द एब्यूज विच हैड सीन द cause ऑफ his फ्लाइट इस तरह दौड़ के चंदू चला गया उतो कि जिस तरह किसी मिशन ते जा रहा हो माई मदर कॉल टू मी एंड said इट वॉज टाइम फॉर मी टू ईट एंड गो टू स्कूल ਮੇਰੀ ਮਾਂ ਨੇ ਮੈਨੂੰ ਬੁਲਾ ਲਿਆ ਕਿ ਖਾ ਕੇ ਸਕੂਲ ਜਾਣ ਦਾ ਟਾਈਮ ਹੋ ਗਿਆ ਨਹੀਂ ਤਾਂ ਮੈਂ ਲੇਟ ਹੋ ਜਾਊਂਗਾ ਐਸ ਹੀ ਕੁਡ ਐਸ ਸ਼ੀ ਕੁਡ ਨਾਟ ਰੈਜ਼ਿਸਟ ਦ ਟੈਂਪਟੇਸ਼ਨ ਟੂ ਲੈਕਚਰ ਮੀ ਅਗੇਨ ਅਬਾਊਟ ਮਾਈ ਐਸੋਸੀਏਟਿੰਗ ਵਿਦ ਦ ਬਾਰ ਬਾਰ ਬੋਏ ਆਪਣੇ ਆਪ ਨੂੰ ਰੋਕ ਨਹੀਂ ਸਕੀ ਕਿ ਮੈਨੂੰ ਉਹਦੇ ਬਾਰ ਬਾਰ ਬੋਏ ਮੀਨਸ ਚੰਦੂ ਦੇ ਨਾਲ ਗੱਲਬਾਤ ਕਰਨ ਤੋਂ ਜਾਂ ਮਿਲਣ ਤੋਂ ਮੈਨੂੰ ਰੋਕਦੀ ਸੀ ਜਿਸ ਤਰੀਕੇ ਦੇ ਨਾਲ ਹਮੇਸ਼ਾ ਬਟ ਆਈ ਵਾਸ ਵੈਰੀ ਡਿਸਟਰਬਡ ਅਬਾਊਟ ਚੰਦੂਜ਼ ਫੇਟ ਆਲ ਡੇ ਲੇਕਿਨ ਮੈਂ ਪੂਰਾ ਦਿਨ ਚੰਦੂ ਦੇ ਨਾਲ ਹੋਏ ਵਰਤਾਵ ਦੇ ਨਾਲ ਬਹੁਤ ਜ਼ਿਆਦਾ ਅਪਸੈਟ ਰਿਹਾ ਔਨ ਮਾਈ ਵੀ ਬੈਕ ਫਰਮ ਸਕੂਲ ਆਈ ਕਾਲਡ ਇਨ ਐਟ ਦਾ ਹੋਵੈਲ ਵੇਅਰ ਹੀ ਲਿਵਡ ਵਿਦ ਹਿਸ ਮਦਰ ਸਕੂਲ ਤੋਂ ਵਾਪਸ ਆਉਂਦੇ ਹੋਏ ਮੈਂ ਉਹਦੇ ਛੋਟੇ ਜਿਹੇ ਘਰ ਜਿੱਥੇ ਕਿ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਉੱਥੇ ਗਿਆ ਹਿਸ ਮਦਰ ਵਾਸ ਅ ਲੋ ਕਾਸਟ ਔਮਨ ਉਦੀ ਮਾਂ ਇੱਕ ਲੋ ਕਾਸਟ ਔਰਮਨ ਉਹ ਵੀ ਨੀਵੀਂ ਜਾਤੀ ਤੋਂ ਸੰਬੰਧ ਰੱਖਦੀ ਸੀ ਡੇਅਰ ਟੂ ਸੀ ਦਾ ਅਪਰ ਕਾਸਟ ਪੀਪਲ ਐਸ ਦੇ ਨੇਵਰ ਡੇਅਰ ਟੂ ਸੀ ਥੈਮਸੈਲਵਜ਼ ਸ਼ੀ ਵਾਸ always very kind to me वैसे उनू बहुत जल्दी गुस्सा आ ਜਾਂਦਾ ਸੀ ਕੁਝ ਝਗੜਾਲੂ ਕਿਸਮ ਦੀ ਸੀ ਲੇਕਿਨ ਮੇਰੇ ਲਈ ਹਮੇਸ਼ਾ ਦਇਆ ਦਿਖਾਂਦੀ ਸੀ दो शी स्पੋਕ ਟੂ ਮੀ ਟੂ ਇਨ ਦਾ ਬੈਂਟਰਿੰਗ ਮੈਨਰ ਮੈਨੂੰ ਵੀ ਤਾਨਾ ਮਾਰ ਕੇ ਕਹਿੰਦੀ ਹੈ ਵਿਚ ਸ਼ੀ ਹੈਡ ਅਕਵਾਇਰਡ ਥਰੂ ਦਾ ਸਫਰਿੰਗ ਐਂਡ ਹਿਮਿਲੇਸ਼ਨਸ ਆਫ 60 ਯੀਅਰਸ ਸੱਤਾ ਸਾਲ ਹੋ ਗਏ ਸੀ ਉਹਨਾਂ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਦੇ ਹੋਏ ਟਰਨਿੰਗ ਟੂ ਮੀ ਸ਼ੀ ਸੈਡ ਵੈਲ ਯੂ ਹੈਵ ਕਮ ਹੈਵ ਯੂ ਟੂ ਲੁੱਕ ਫਾਰ ਯਰ ਫਰੈਂਡ ਅੱਛਾ ਦੋਸਤ ਨੂੰ ਮਿਲਣ ਆਇਓ इफ़ योर मदर न्यू दैट यूअर हेयर तेरी माँ अगर पता लग गया कि तू इतें हैं शी वुड स्क्रैच माई आईज आउट फ्रॉम कास्टिंग माई ईविल आई ऑन यूर स्वीट फेस मेरी अखा क्ड लेनी है उन्हें कि तेरे प्यारे जे चेहरे मैं देखे किमें एंड यू आर एज इनोसेंट एज यू लुक ऑर यूअर स्नीकिंग लिटिल हिप ओकर लाइक द रेस्ट ऑफ योर लॉट और तू भी प्यारा जहा दिखन वाला उस तरीके का है जिमें तेरे वे वडेरे है Where is Chandu then, Mother? I said, I don't know, son. she said now, in a sincere, simple manner, he went up town way and says he earned some money shaving peoples of the roadside. I don't know what he is up to. I don't think he ought to annoy the clients of his father served. He is a child and gets funny notions into his head, but they ought not to be angry with him. he's only a boy you want to see him and go out playing i suppose very well i will tell him when he comes he has just gone up to the road i think maa ne apni safai dinde hoya keha ki oh ta bachcha hai usde dimaag ch kai shararti dimaag de vich ideas chalde rehnde hai lekin apne pita de customers jinna de kolo janda si ohna nu is tarah nahi karna chahida si inna naraz nahi hona chahida si aur oh keh riya siga ਕਿ ਮੈਂ ਕਿਤੇ ਵੀ ਰੋਡ ਤੇ ਜਾ ਕੇ ਲੋਕਾਂ ਦੇ ਸ਼ੇਵ ਕਰਕੇ ਪੈਸੇ ਕਮਾ ਲਵਾਂਗਾ ਲੇਕਿਨ ਮੈਂ ਹੁਣ ਘਰ ਨਹੀਂ ਜਾਊਂਗਾ ਉਹਨਾਂ ਦੇ ਔਰ ਇੱਥੇ ਹੀ ਕਿਤੇ ਹੋਣਾ ਹੈ ਆਲ ਰਾਈਟ ਮਦਰ ਆਈ ਸੈਡ ਐਂਡ ਵੈਂਟ ਹੋਮ ਚੰਦੂ ਵਿਸਲ ਫॉर ਮੀ ਦੈਟ ਆਫਟਰਨੂਨ ਇਨ ਦਾ ਯੂਜੂਅਲ ਕੋਡ ਵਿਸਲ ਵਿਚ ਹੀ ਹੈਡ ਅਰੇਂਜ ਟੂ ਇਵੇਟ ਦਾ ਰੀ ਅਪਰੋਚਸ ਆਫ ਇੰਟਰਫੇਰਿੰਗ ਐਲਡਰਸ ਦੈਟ ਆਵਰ ਐਸੋਸੀਏਸ਼ਨ ਆਫ ਵਨ ਪ੍ਰੋਵੋਕਡ ਅਕਸਰ ਅਸੀਂ ਇੱਕ ਦੂਸਰੇ ਨੂੰ ਬੁਲਾਉਣ ਵਾਸਤੇ ਸੀਟੀ ਮਾਰ ਕੇ ਇਸ਼ਾਰਾ ਦਿੰਦੇ ਸੀ ਵਿਸਲ ਵਜਾ ਕੇ ਉਸੇ ਤਰੀਕੇ ਦੇ ਨਾਲ ਚੰਦੂ ਨੇ ਮੈਨੂੰ ਵਿਸਲ ਵਜਾਈ ਆਹ ਬੁਲਾਇਆ ਜਦੋਂ ਮੈਂ ਉਹਦੇ ਕੋਲ ਗਿਆ ਕਮ ਫਾਰ ਅ ਵਾਕ ਟੂ ਦਾ ਬਾਜ਼ਾਰ ਹੀ ਸੈਡ ਆ ਵਾਂਟ ਟੂ ਟਾਕ ਟੂ ਯੂ ਐਂਡ ਹਾਰdਲੀ ਆ ਹੈਡ ਜੁਆਇੰਡ ਹਿਮ ਵੈਨ ਹੀ ਬਿਗਨ ਮੇਰੇ ਨਾਲ ਉਹਨੇ ਕੀ ਗੱਲਾਂ ਕੀਤੀਆਂ ਡੂ ਯੂ ਨੋ ਆਰਨਡ ਰੁਪੀ ਸ਼ੇਵਿੰਗ ਐਂਡ ਹੈਅਰ ਕਟਿੰਗ ਨੀਅਰ ਦਾ ਕੋਟ ਥਿਸ ਮਾਰਨਿੰਗ ਤੈਨੂੰ ਪਤਾ ਹੈ ਅੱਜ ਸਵੇਰੇ ਮੈਂ ਸ਼ਹਿਰ ਦੇ ਵਿੱਚ ਕੋਟ ਦੇ ਕੋਲ ਹੀ ਲੋਕਾਂ ਦੇ ਵਾਲ ਕੱਟ ਕੇ ਔਰ ਸ਼ੇਵ ਕਰਕੇ ਕੁ ਰੁਪਿਆ ਕਮਾਇਆ ਇਫ ਆਈ ਹੈਡ ਨਾਟ ਹੈਡ ਟੂ ਕਮ back on the back boat of hukumchan's carriage early in the afternoon i should have earned more agar mainu no hukumchan de tangey de upar dopaharay wapis na aana penda ta main hor vi paise kama lenda but i am going to teach these orthodox idiots a lesson lekin main inanu no, jo purani soch wale log hai gaye inanu no, main zarur sabak sikhaunga i am going on strike ਅਰਜੰਦੂ ਨੇ ਫੈਸਲਾ ਕੀ ਲਿਆ ਕਿ ਮੈਂ ਹੁਣ ਸਟ੍ਰਾਈਕ ਤੇ ਜਾਵਾਂਗਾ ਮਤਲਬ ਮੈਂ ਲੋਕਾਂ ਦੇ ਘਰ ਸ਼ੇਵ ਕਰਨ ਲਈ ਹੀ ਨਹੀਂ ਜਾਵਾਂਗਾ ਆਈ ਸ਼ਲ ਨੋਟ ਗੋ ਟੂ ਥੇਅਰ ਹਾਊਸੇਸ ਟੂ ਅਟੈਂਡ ਟੂ ਥੈਮ ਆਮ ਗੋਇੰਗ ਟੂ ਬਾਏ ਅ ਜਪਾਨੀਸ ਬਾਈਸਾਈਕਲ ਆਪਣੀ ਪਲੈਨਿੰਗ ਦੱਸ ਦਪਿਆ ਫਰਮ ਦ ਗੈਂਬਲਿੰਗ ਸਨ ਆਫ ਲਾਲਾ ਹੁਕਮਚੰਦ ਫਾਰ 5 ਰੁਪੀਆ ਲਾਲਾ ਹੁਕਮਚੰਦ ਦਾ ਬੇਟਾ ਜੋ ਕਿ ਅਕਸਰ ਜੂਆ ਖੇਡਦਾ ਰਹਿੰਦਾ ਮੈਂ ਉਹ ਤੋਂ ਇੱਕ ਸਾਈਕਲ ਖਰੀਦਣੀ ਹੈ ਔਰ 5 ਰੁਪਏ ਦੇ ਵਿੱਚ ਉਹ ਸਾਈਕਲ ਮੈਂ ਖਰੀਦ ਲਵਾਂਗਾ ਐਂਡ ਆਈ ਸ਼ਲ ਲਰਨ ਟੂ ਰਾਈਡ ਇਟ ਫਿਰ ਉਹਨੂੰ ਚਲਾਉਣਾ ਸਿੱਖੂ एंड आई विल गो टू टाउन ऑन इट एवरीडे फिर मैं उदे तहर जाया करूँगा वोंट आई लुक ग्रैंड किन्ना शानदार लगूँगा राइडिंग ऑन अ बाईसाइकिल विद माई ओवरकोट माई ब्लैक लैदर शूज एंड अ वाइट टर्बन ऑन माई हैड स्पेसली एज देर इज़ ए पैग इन द फ्रंट ऑफ द टू व्हील कैरेज फॉर हैंगिंग माई टूल बैग और इमेजिन करता पे है कि सैकल दे हैंडल लगा होंद फ्रंट के उपर फ्रंट बार जो लगा लग होंगे हो उत्थे और मैं अगे जो अपना समान लटकया होएगा टूल बैग का वो बहुत वीया लगेगा ਯੈਸ ਆਈ ਐਗਰੀਡ ਗ੍ਰੇਟਲੀ ਥ੍ਰਿਲਡ ਮੈਂ ਬਹੁਤ ਖੁਸ਼ ਹੋ ਕੇ ਹਾਂ ਦੇ ਵਿੱਚ ਜਵਾਬ ਦਿੱਤਾ ਇਸ ਕਰਕੇ ਖੁਸ਼ ਨਹੀਂ ਸੀਗਾ ਕਿ ਆਈ ਇਮੇਜਿਨ ਦ ਗਲੋਰੀ ਆਫ ਚੰਦੂ ਸਿਟਡ ਔਨ ਬਾਈਸਾਈਕਲ ਕਿ ਬਾਈਸਾਈਕਲ ਦੇ ਉੱਪਰ ਬੈਠਿਆ ਹੋਇਆ ਚੰਦੂ ਨੂੰ ਮੈਂ ਇਮੇਜਿਨ ਕਰ ਰਿਹਾ ਸੀ ਬਟ ਬਿਕੋਜ਼ ਆਈ ਫੈਲਟ ਮਾਈਸੈਲਫ ਨੀਅਰ ਦ ਗੋਲ ਆਫ ਮਾਈ ਓਨ ਐਂਬੀਸ਼ਨ ਮੇਰੀ ਆਪਣੀ ਵੀ ਇੱਛਾ ਪੂਰੀ ਹੋਣ ਦਾ ਸੁਪਨਾ ਮੈਂ ਲੈ ਰਿਹਾ ਸੀ ਸਿንስ ਆਈ ਫੈਲਟ ਥੈਟ ਇਫ ਚੰਦੂ ਕਾਰਡ ਅ ਬਾਈਸਾਈਕਲ ਹੀ ਵੁਡ ਐਟ ਲੀਸਟ ਲੈਟ ਮੀ ਰਾਈਡ ਟੂ ਦ ਟਾਊਨ ਟੂ ਔਨ ਦ ਇਲੋਗਨੇਟਿਡ ਬੋਲਟ ਐਟ ਦ ਬੈਕ ਵੀਲ ਔਰ ਔਨ ਦ ਫਰੰਟ ਬਾਰ ਇਫ ਹੀ ਡਿਡਨਟ ਲੈਟ ਮੀ ਲਰਨ ਟੂ ਰਾਈਡ ਮਾਈ ਸੈਲਫ ਐਂਡ ਲੈਟ ਮੀ ਦ ਮਸ਼ੀਨ ਏਵਰੀ ਨਾਉ ਐਂਡ ਦੈਨ ਅਗਰ ਚੰਦੂ ਨੇ ਬਾਈਸਾਈਕਲ ਖਰੀਦੀ ਤੇ ਮਜ਼ਾ ਮੇਰਾ ਵੀ ਲੱਗੇਗਾ ਮੈਂ ਵੀ ਉਹਨੂੰ ਚਲਾਣਾ ਸਿੱਖ ਸਕਦਾ ਮੈਨੂੰ ਵੀ ਕਦੀ ਉਹ ਬਿਠਾ ਕੇ ਸ਼ਹਿਰ ਲੈ ਕੇ ਜਾ ਸਕਦਾ ਇਸ ਕਰਕੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਸੀਗਾ ਅਰਕੀਰ ਚੰਦੂ ਨੇ ਉਹ ਡੀਲ ਕਰ ਹੀ ਲਈ ਚੰਦੂ ਨੇ ਨੈਗੋਸ਼ੀਏਟਡ ਦ ਡੀਲ ਅਬਾਊਟ ਦ ਬਾਈਸਾਈਕਲ ਵਿਦ ਏਨ ਅਸ਼ੂਰੈਂਸ ਦੈਟ ਸੀਮ ਟੂ ਮੀ ਅ ਰੈਵੋਲੂਸ਼ਨ ਆਫ ਹਿਸ ਕਪੈਸਿਟੀ ਫੋਰ ਬਿਜ਼ਨਸ ਸੱਚ ਐਜ਼ ਆਈ ਹੈਡ ਨੈਵਰ ਸਸਪੈਕਟਡ ਇਨ ਹਿਮ ਫ্রম ਦ ਰਿਕਲੈਸ ਵੇ ਹੀ ਸਪੈਂਡ ਹਿਸ ਮਨੀ ਐਂਡ ਦੈਨ ਹੀ ਸੈਡ ਟੂ ਮੀ ਇਨ ਦ ਕਨਫਿਡੈਂਸ਼ੀਅਲ ਵੌਇਸ ਯੂ ਵੇਟ ਫਾਰ ਅਨਦਰ ਡੇ অর ਟੂ ਆਈ ਸ਼ਲ ਸ਼ੋ ਯੂ ਸਮਥਿੰਗ ਵਿਚ ਵਿਲ ਮੇਕ ਯੂ ਲਾਫ ਐਜ਼ ਯੂ ਹੈਵ ਨੈਵਰ ਲਾਫਟ ਬਿਫੋਰ ਅਰਨਾਲੀ ਮੈਨੂ ਨੇ ਬੜੀ ਸੀਕਰਟ ਆਵਾਜ਼ ਦੇ ਵਿੱਚ ਕਿਹਾ कि एक दो दिन हो रुक जा मैं तेन वो चीज दिखाऊंगा जिन्होंने देख के तेन हादसा रुकना मुश्किल हो जाएगा टेल मी नाव आई इंसिस्टेड मैं जिद करके क्या हूँ दस विद एन इम्पेशंस शार्प द रिदम ऑफ एक्साइटमेंट विच विच द स्पिरिट ऑफ द एडवेंचर फील्ड विद माई बीइंग नो यू वेट ही सैड नहीं थोड़ा इंतजार करो आई कैन ओनली गिव यू अ हिंट एट द मोमेंट दिस इज अ सीक्रेट दैट ओनली अ बार बार कैन नो ਸਿਰਫ ਇੱਕ ਸੀਕ੍ਰੇਟ ਬਾਰਬਰ ਨੂੰ ਹੀ ਪਤਾ ਹੋ ਸਕਦਾ ਹੈ ਨਾਉ ਲੈਟ ਮੀ ਗੈਟ ਔਨ ਵਿਦ ਜੌਬ ਆਫ ਲਰਨਿੰਗ ਟੂ ਹੈਂਡਲ ਥਿਸ ਮਸ਼ੀਨ ਯੂ ਹੋਲਡ ਇਟ ਵਾਈਲ ਆਈ ਗੈਟ ਔਨ ਇਟ ਐਂਡ ਆਈ ਥਿੰਕ ਇਟ ਵਿਲ ਬੀ ਆਲ ਰਾਈਟ ਹੁਣ ਬਾਈਸਾਈਕਲ ਚੰਦੂ ਦੇ ਹੱਥ ਵਿੱਚ ਸੀਗੀ ਔਰ ਕਹਿੰਦਾ ਕਿ ਹੁਣ ਅਸੀਂ ਸਿੱਖਣਾ ਹੈ ਇਸ ਨੂੰ ਬਾਈਸਾਈਕਲ ਨੂੰ ਮੇਰੀ ਮਦਦ ਕਰੀ ਪਕੜ ਕੇ ਰੱਖੀ i but i i said this is not the way to learn to ride a bicycle my father learned to ride from the peg at the back and my brother learned to ride by first trying to balance on the pedal makkay hi tarika nahi honda bicycle sikhanda mere pita ne ta back to sikhi back te baith ke sikhi si gi mere brother ne balance karke pehle ride nu fir pedal de upar pair rakheya jis tarike de naal alag alag tarike de naal bicycle bachche sikh lende hai your father is a top heavy baboon सैट चंदू एंड योर ब्रदर इज़ अ लॉन्ग लैग्ड स्पाइडर हर एक का अपना तरीका होंगे तेरे फादर बहुत भारी परकम शरीर वाले और ब्रदर दिया लत्त बड़िया लंबियाँ उन्हें इस तरीके सीख्या आई ही कंटिन्यूट वॉज बाउन माई मदर टेल्स मी अपसाइड डाउन मैं तो अन औखा ही जमया मैं अलग ही तरीके सीखूंगा इस तरह हंस के जवाब दता ऑल राइट आई सैड आई हैल द बाईसाइकल फॉर हिम मैं पिछा बाईसाइकिल पकड़ी बट वाइल माई गेज कंसनट्रेट विद admiration of the brilliant sheen of the polished bars, I lost my grip. and Chandu fell on the other side with the third along with the machine Likin mera dhyan ode chamakdar bars de upar chala jo the shine si or aur mere hathon grip chut gaya Chandu zor di thalle gir cycle de naal there were peals of laughter from the shop of shahukar where several peasants congregated round the figure of landlord and then the shahukar could be heard shouting सानू पता नहीं कि शॉप साहूकार घर शॉप के लोग बहुत सारे किसान कट्ठे हुए हैं जो सब कुछ सू देख रहे हैं सर्व यू राइट यू रास्कलिस सन ऑफ द आयरन ईज ब्रिक यूर बोनस एंड डाई यू अब स्टार्ट यू वोंट कम टू योर सेंस अदरवाइज और उत्थे बैठे बैठे ही कह रहे हैं तू इसे लाकदा है तेरिया हड्डियाँ टूट गया फिर तेनों पता लगेगा चंदू हंग हिज हैड विद शेम एंड मटड ऑन ओ दैट मी यू फूल यू आर नो गुड और मैनू भी नाराज़ होकर चंदू ने कहा though i had thought that he would grip me by the neck and give me a good thrashing for being the cause of his discomfort time lag raha si ki mere vi peh jani hai jo main enu takleef deti hai thalle sutke then he looked at me lekin unhone mere val dekha smiled embarrassedly and said we will see who has the last laugh ay urte koi gal nahi dikhangge kon hasda assi hasteyan ki eh hasda hai i will hold the machine tightly this time मैं मानदारी ने कहा ठीक है मैं हूँ जोर की जोर दे कुट के फड़ांगा आई पिक दिट फ्रॉम अवेयर इटली येस ब्रिक योर बोन्स यू स्वाइन केम द लैंड लॉडस कॉल लैंडलॉर्ड भी बोली जा रहा है हाँ हाँ ठीक है तोड़ो हड्डियाँ डोंट यू केयर चंदू सेट टू मी चंदू ने क्या परवाह नहीं करनी आई विल शो दैम मैं इन्हू दिखा दूंगा एंड ही माउंटेड द बाई एज आई एक्जेट ऑल माई स्ट्रेंथ टू होल्ड इट टाइट देन ही सैट लेट गो ਮੈਂ ਬਹੁਤ ਜ਼ਿਆਦਾ ਕਸ ਕੇ ਪਿੱਛੇ ਫੜਿਆ ਸੀਗਾ ਔਰ ਫਿਰ ਚੰਦੂ ਸਾਈਕਲ ਦੇ ਉੱਪਰ ਸਵਾਰ ਹੋ ਕੇ ਕਹਿੰਦੇ ਹਾਂ ਹੁਣ ਝਾ ਲੈਂਦਾ I released my grip ਮੈਂ ਚੜ੍ਹ ਦਿੱਤਾ he had pressed the pedal and a downward pressure of his right foot ਜਿਸ ਤਰੀਕੇ ਨਾਲ ਸਾਈਕਲ ਸਿੱਖਣ ਦੇ ਵਿੱਚ ਜੋ ਫਰਸਟ ਐਕਸਪੀਰੀਅੰਸ ਹੁੰਦਾ ਇਟ ਵਾਸ ਐਕਸਪਲੇਨਡ ਇਨ ਥਿਸ ਪੈਰਾ ਕਿ ਕਿਸ ਤਰੀਕੇ ਨਾਲ ਰਾਈਟ ਫੁੱਟ ਤੇ ਪੈਰ ਰੱਖਿਆ ਜ਼ੋਰ ਦੀ ਪ੍ਰੈਸ਼ਰ ਪਾਇਆ व्हील को घूमया व्हील रिवॉल्व हिस्वेर डेंजरसली टू वन साइड बट ही हैड पुश द अदर पैडल ना हो दूसरे पास जाई रहे कि दूसरे पैडल से प्रेशर पाया और मशीन बैलेंस हो गई इतने मशीन बाईसाकल वास्ते लिखा गया इनकलाइनिंग टू द राइट लिटिल सो दैट आई सॉ चंदू लिफ्ट द राम फ्रॉम द सैडल इन द मोस्ट राइटिंग मैनर ही हंग प्रिकसली फॉर अ मोमेंट हिज हैंडल्स वॉबल डेंजरसली He was tottering. At the juncture of mixed noise, laughter and scherism arose from the congregation at the shop, and I thought that Chandu would come to grief with his confusion, if not on account of his upper incapacity. By a curious miracle, की आवाज़ आ रही है से सी मैंने लगता है कि चंदू फिर ना डिग जाए लेकिन चंदू फीट हैड गॉट इन टू द राइट रिदम फॉर and एंड हिज हैंडल हैड एडजस्टेड to सेल्फ टू hands and एंड ही रोड ऑफ विद मी रनिंग बिहाइंड बर्स्टिंग माई सेल्फ विद इन शाबाशिज और चंदू ने बैलेंस बना लिया और एक चमत्कार स हाफ अ माइल रन एंड ही रिपीटेड इथ द ट्रिक और अद्यमेल जाकर उन्हें दोबारा कुछ रिपीट किया दो आई वॉज वेरी ईगर टू शेयर द जॉय ऑफ हिज न्यूली अक्वायर्ड स्किल आई डिडेंट सी चंदू द नैक्सट डे मैं बहुत ज्यादा एक्साइटेड सी जो चंदू ने साइकिल सीख ली लेकिन अगले दिन चंदू नजर नहीं आया एज ही वॉज बींग टेकन टू सी माई आंट्स एंड वेरकअ स्ट्रेट फ्रॉम स्कूल बट ऑन द थर्ड डे ही कॉल्ड फॉर मी एंड सेड ही वुड शो मी द जोक ही हैड टॉक्ड ऑफ द अदर डे ਔਰ ਫਿਰ ਮੈਨੂੰ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਇੱਕ ਚੀਜ਼ ਮੈਂ ਦਿਖਾਉਂਗਾ ਅੱਜ ਮੈਂ ਦਿਖਾਵਾਂ ਟੈਲ ਮੀ ਵਾਟਸ ਇਟ ਵਾਟ ਇਜ਼ ਆਲ ਅਬਾਊਟ ਲੁੱਕ ਹੀ ਸੈਡ ਹਾਈਡਿੰਗ ਬਿਹਾਈਂਡ ਦਾ ਓਵਨ ਆਫ ਦਾ ਵਿਲੇਜ ਪੋਟਰ ਪੱਟੀ ਦੇ ਪਿੱਛੇ ਛਿਪ ਕੇ ਕੀ ਬੋਲਦਾ ਹੈ ਦੇਖੋ ਡੂ ਯੂ ਸੀ ਦਾ ਕੰਗ੍ਰੀਗੇਸ਼ਨ ਆਫ men ਇਨ ਦਾ ਸ਼ਾਹੂਕਰ ਸ਼ਾਪ ਜੋ ਇਕੱਠ ਹੋਇਆ ਹੋਇਆ ਸ਼ਾਹੂਕਰ ਦੀ ਸ਼ਾਪ ਤੇ ਉਹ ਦਿਸਦਾ ਪਿਆ ਟ੍ਰਾਈ ਐਂਡ ਸੀ ਹੂ ਇਜ਼ देयर ਕੋਸ਼ਿਸ਼ ਕਰੋ ਔਰ ਪਹਿਚਾਨ ਕੇ ਦੱਸੋ ਕਿ ਕੌਣ ਹੈ i explored the various faces mein bade chehre dikh rahe se and for a moment i was quite baffled or confused ho raha si karan ki sega karan ye sega ki chehre pehchanan de vich nahi aa rahe si sab de vaal vadhe hoye si sab diyan daadhiyan vadhiyan hoyian si aur kisi ne hair cutting na hon karke chehre pehchanne mushkil ho gayi si only the peasants sitting round waiting for the landlord kisan baithe landlord di wait karde nahi kende look again idiot he said and see the landlord is there landlord to bich hi baitha hoya his long jawed face dirted with the whites come uh, of his unshaved beard ik taw di daadi chitti hoyi payi hai jinnu ki chandu dai karda si aur unshaved शेविंग भी नहीं हुई है हा हा आई शाउटड हिलेरियसली स्ट्रक बाय द कॉन्ट्रडिक्शन ऑफ द बिग थिक मुस्टैश विच आई न्यू द लैंड लॉर्ड डाई विद द प्रिकली वाइट ब्रशेज ऑन हिज जॉल्स हा हा आई रोड अन ही लुक स्टीडी डी ने चंदू चंदू ने चुप रहने का इशारा किया डोंट मेक अ रो बट आई लुक एट द शाह ही लुक्स लाइक अ लीपर विद हिज ब्राउन टिंग ऑफ टबैको ऑन हिज वेलेरियस मुस्टैश ਵਿਚ ਆਈ ਵਾਂਸ ਯੂਜ਼ ਟੂ ਟ੍ਰਿਮ ਜਿਨ੍ਹਾਂ ਨੂੰ ਮੈਂ ਅਕਸਰ ਟ੍ਰਿਮ ਕਰਦਾ ਸੀ ਨਾ ਉਹ ਸ਼ਾਹੂਕਾਰ ਦਾ ਚਿਹਰਾ ਦੇਖੋ ਨਾਓ ਯੂ ਰਨ ਪਾਸ ਦਾ ਸ਼ਾਪ ਐਂਡ ਕਾਲ ਬੀਵਰਸ ਬੀਵਰਸ ਦੇ ਕਾਂਟ ਸੀ ਐਨੀਥਿੰਗ ਟੂ ਸੇ ਐਨੀਥਿੰਗ ਟੂ ਯੂ ਹੁਣ ਮੈਨੂੰ ਕੀ ਉਹਨੇ ਕਿਹਾ ਕਿ ਜਾ ਕੇ ਦੁਕਾਨਦਾਰ ਕੋਲ ਜਾ ਕੇ ਕੀ ਬੋਲਣਾ ਬੀਵਰਸ 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 ਹੁੰਦੇ ਆ ਪਾਲੂ ਜਿਹਨਾਂ ਦੀ ਬਹੁਤ ਵੱਡੇ ਵੱਡੇ ਗਰਦਨ ਦੇ ਉੱਪਰ ਬਾਲ ਲੰਮਕੇ ਹੋਏ ਹੁੰਦੇ ਆ ਬਾਲ ਬਹੁਤ ਵੱਡੇ ਵੱਡੇ ਜਿਹਨੂੰ ਜੱਤ ਕਹਿ ਦਿੰਦੇ ਆ ਜੱਤ ਚੜੀ ਹੋਈ ਹੈ ਤੇ ਉਹ ਉਸ ਤਰੀਕੇ ਦੇ ਬੀਵਰਸ ਹੁੰਦੇ ਆ ਉਹਨਾਂ ਨੂੰ ਜਾ ਕੇ ਤੂੰ ਇਹ ਬੋਲ ਕੇ ਔਰ ਦੌੜ ਜਾਈਂ ਕਿਉਂ ਸ਼ਰਾਰਤ ਕਰਨੀ ਸੀ ਚਿੜਾਣਾ ਸੀਗਾ ਉਹਨਾਂ ਨੂੰ ਆਈ ਵਾਸ ਟੂ ਇੰਪੇਟਿਅਸ ਅ ਡਿਸਿਪਲ ਆਫ ਇੰਪੀਸ਼ ਚੰਦੂ ਟੂ ਵੇਟ ਟੂ ਡਿਲੇਬਰੇਟ ਬੀਵਰਸ 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 ਆਈ ਸ਼ਾਊਟਡ ਐਜ਼ ਆਈ ਰੈਨ ਪਾਸਟ ਦ ਸ਼ਾਪ ਟੂ ਦ ਐਜ ਆਫ ਦ ਪਲੇਟਫਾਰਮ ਬਾਈ ਦ ਬਨੀ ਐਂਡ ਟਰੀ ਆਫਿਰ ਮੈਂ ਉਹੀ ਕੁਝ ਕੀਤਾ ਜੋ ਚੰਦੂ ਨੇ ਸਮਝਾਇਆ ਸੀਗਾ ਉਹਨਾਂ ਨੂੰ ਸ਼ਾਊਟ ਕਰਕੇ ਬੋਲ ਕੇ ਔਰ ਫਿਰ ਮੈਂ ਦੌੜ ਗਿਆ ਦ ਪੀਜ਼ੈਂਟਸ ਹੂ ਵਰ ਗੈਦਰ ਰਾਊਂਡ ਦ ਸ਼ਾਪ ਬਰਸਟ ਆਊਟ ਲਾਫਟਿੰਗ ਜਿੰਨੇ ਵੀ ਕਿਸਾਨ ਬੈਠੇ ਸੀਗੇ ਸ਼ਾਪ ਤੇ ਉਹ ਹੱਸ ਪਏ क्योंकि सचमुच ही लैंडलॉर्ड शाहूकार इवें ही लग रहे थे क्योंकि उन्होंने जो आ, शेविंग तो बगैर जो चेहरे बने हुए थी एज दे हैड been बीन it इट टू फॉर दे हैड the द growths on ऑन द face, फेस दो had नॉट डेयर टू say anything. क्योंकि किसान भी देख रहे थे उन्होंने चेहरे लेकिन वो कुछ बोल नहीं रहे थे क्योंकि ये वड़े लोग हैं, लेकिन तो एक बच्चा छोटा बोल के चला गया ते शाहू ਕਰ ਚਿੱਲਾਇਆ ਕੈਚ ਇਮ ਕੈਚ ਇਮ ਦ ਰਿਟਲ ਰਗ ਫੜੋ ਇਹਨੂੰ ਜ਼ਰਾ ਦੱਸਿਏ ਹੀ ਇਜ਼ ਇਨ ਦ ਲੀਗ ਵਿਦ ਥਟ ਬਾਰਬਰ ਬੋਏ ਚੰਦੂ ਇਹ ਉਦਾਈ ਸਾਥੀ ਹੈ ਚੰਦੂ ਦੇ ਨਾਲ ਹੀ ਮਿਲਿਆ ਆਇਆ ਬਟ ਆਫ ਕੋਰਸ ਆ ਹ্যাড ਕਲਾਈਮਡ ਅਪ ਦ ਬਨੀਅਨ ਟਰੀ ਫਰਮ ਵਿਚ ਆ ਜੰਪਡ 온 ਟੂ ਦ ਵਾਲ ਆਫ ਦ ਟੈਂਪਲ ਐਂਡ ਸ਼ਾਊਟਡ ਮਾਈ ਸਲੋਗਨ ਐਟ ਦ ਪ੍ਰੀਸਟ ਵਿਕਨ ਮੈਂ ਉਹਨਾ ਤੋ ਬਚਦਾ ਬਚਾਉਂਦਾ ਪੇੜ ਤੇ ਚੜ ਕੇ ਬਨੀਅਨ ਟਰੀ ਦੇ ਉੱਤੇ ਚੜ ਕੇ ਮੰਦਿਰ ਦੀ ਦੀਵਾਰ ਔਰ ਅੱਗੇ ਦੌੜ ਕੇ ਚਲਾ ਗਿਆ ਦ ਰਿਊਮਰ ਅਬਾਊਟ ਦ ਬਾਰਬਰਸ ਬॉयਸ ਸਟ੍ਰਾਈਕ ਸਪਰੈਡ ਚਾਰੋ ਤਰਫ ਹੁਣ ਪਿੰਡ ਦੇ ਵਿੱਚ ਬਾਰਬਰ ਬॉय ਦੀ ਸਟ੍ਰਾਈਕ ਦੀ ਗੱਲ ਫੈਲ ਗਈ ਰਿਊਮਰ ਅਫਵਾਹ ਦੀ ਤਰ੍ਹਾਂ ਫੈਲ ਗਈ ਐਂਡ ਜੋਕਸ ਅਬਾਊਟ ਦ ਅਨਕੈਂਪਟ ਬੀਅਰਡ ਆਫ ਦ ਐਲਡਰਸ ਆਫ ਦ ਵਿਲੇਜ ਬਿਕੇਮ ਕਰੰਟ ਇਨ ਏਵਰੀ ਹੋਮ ਔਰ ਹਰ ਘਰ ਦੇ ਵਿੱਚ ਵਧੇ ਹੋਏ ਬਾਲ ਵਧੀਆਂ ਹੋਈਆਂ ਮੁੱਛਾਂ ਦਾੜੀ ਇਹ ਸਭ ਕੁਝ ਇੱਕ ਚਰਚਾ ਦਾ ਵਿਸ਼ੇ ਬਣ ਗਈਆਂ ਸੀ ਇਵਨ ਦੋਜ਼ Whoever of high caste even the members of the families of the elders begin to giggle with laughter at the shabby appearance of the great ones even ki unade ghar de, de vich bhi unade family members bhi unan wal dekh ke khilli udande sige

डिस्गस्टिड विद हिम बियॉन्ड द लिमिट्स ऑफ रीकनसिलेन केंद्र अगर उन्हें इदा का चेहरा वह देख लिया कि इन्ने साल व्डा है सफ़ेद दाड़ी सफेद मुछा सिर देख लिया तो पत्नी शायद दौड़ के किसी होर दे नाल चली जाएगी और फिर समझौता होना भी मुश्किल हो जाएगा चंदू डिड गुड बिजनेस इन टाउन च दूसरी तरफ चंदू का बिजनेस शहर के बहुत अच्छा चल रहा है ड्यूरिंग दीज डेज एंड सेफ मनी काफ़ी पैसे कमा रहा है इवन दो ही बॉट न्यू क्लोथ्स एंड न्यू टूल्स फॉर हिमसेल्फ एंड गेव मी गेव मी वेरियस प्रेजेंट्स मेरे लिए भी बड़े उपहार लेके सी नवे कपड़े नवे औजार उन्हें खरीद ले द विलेज एल्डर्स स्टन टू हैव हिम सेंट टू द प्रिजन फॉर हिज ऑफेंसिस एंड ऑर्डर हिज मदर टू फोर्स हिम टू ओबे बिफोर द कमिटेड हिम टू द पुलिस फॉर बीच ऑफ द पीस ਬ੍ਰੀਚ ਆਫ ਦਾ ਪੀਸ ਹੁੰਦਾ ਸ਼ਾਂਤੀ ਭੰਗ ਕਰਨ ਦੇ ਜੁਰਮ ਦੇ ਵਿੱਚ ਪਿੰਡ ਵਾਲਿਆਂ ਨੇ ਚੰਦੂ ਦੀ ਮਾਂ ਨੂੰ ਧਮਕੀ ਦਿੱਤੀ ਕਿ ਇਹਨੂੰ ਸਮਝਾ ਲਓ ਨਹੀਂ ਤਾਂ ਅਸੀਂ ਇਹਨੂੰ ਪੁਲਿਸ ਬੁਲਾ ਲਾਂਗੇ ਇਹਦੇ ਵਾਸਤੇ ਪਰ ਚੰਦੂਜ਼ ਮਦਰ ਹੈਡ ਫॉर द ਫਰਸਟ ਟਾਈਮ ਇਨ ਹਰ ਲਾਈਫ ਟੱਚ ਦਾ ਐਜ ਆਫ ਪ੍ਰੋਸਪੈਰਿਟੀ ਲੇਕਿਨ ਚੰਦੂ ਦੀ ਮਾਂ ਨੇ ਪਹਿਲੀ ਵਾਰ ਇੰਨੇ ਪੈਸੇ ਦੇਖੇ ਸੀਗੇ ਜੋ ਉਹਦਾ ਬੇਟਾ ਹੁਣ ਕਮਾ ਰਿਹਾ ਸੀਗਾ ਐਂਡ ਸ਼ੀ ਟੋਲਡ ਥੈਮ ਆਲ ਵਾਟ ਸ਼ੀ ਥੌਟ ਆਫ ਥੈਮ ਇਨ ਅ ਲੈਂਗੁਏਜ ਇਵਨ ਪਲੇਨਰ ਦੈਨ that in which she had always addressed them ਲੇਕਿਨ ਉਹਨੇ ਸਾਦਾ ਸਾਦਗੀ ਦੇ ਨਾਲ ਜਿਸ ਤਰੀਕੇ ਦੇ ਨਾਲ ਪਹਿਲੇ ਅੱਗੇ ਉਹਨਾਂ ਨਾਲ ਗੱਲ ਕਰਦੀ ਸੀ ਸਮਝਾ ਦਿੱਤਾ ਦੈਨ ਥੌਟ ਆਫ ਗੈਟਿੰਗ ਦ ਬਾਰਬਰ ਆਫ ਵੇਰਕਾ ਟੂ ਕਮ ਐਂਡ ਅਟੈਂਡ ਥੈਮ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਨਾਲ ਦੇ ਪਿੰਡ ਵੇਰਕਾ ਤੋਂ ਉਹਨਾਂ ਬਾਰਬਰ ਨੂੰ ਬੁਲਾਇਆ ਜਾਏ ਐਂਡ ਆਫਰਡ ਹਿਮ ਐਨ ਆਨਾ ਇਨਸਟੈਡ ਆਫ ਟੂ ਪਾਇਸ ਜਿੱਤੇ ਦੋ ਪੈਸੇ ਦਿੰਦੇ ਸੀ ਹੁਣ ਉੱਥੇ ਇੱਕ ਆਨਾ ਦੇਣਾ ਪੈਣਾ ਹੈ ਦੂਰੋਂ ਆਏਗਾ ਬਾਰਬਰ ਇਸ ਕਰਕੇ ਉਹਨੂੰ ਬੁਲਾ ਲੈਣੇ ਆ ਲੇਕਿਨ ਹੁਣ ਇੱਥੇ ਚੰਦੂ ਨੇ ਵੀ नवी चाल चली उन्हें सारे आले दुआले बार्बरस के नाल गठजोड़ करके ए राय बना ली कि कोई भी इन्हों की जो कटिंग है या शेविंग नहीं करेगा चंदू हावर हैड कंसीव्ड अ न्यू नोशन दिस टाइम न्यूअर दैन दोज ही हैड एवर थॉट ऑफ बिफोर जो कभी किसी ने सोचा भी नहीं हैविंग सीन द शॉप ऑफ नरिंगन दास द बारबर ऑफ द टाउन ही हैड he had applied his brain to the scheme of opening the shop on the wayside at the herd of bazaar in partnership with his cousin the barber of verka and the dhan and the other barbers with a range of 7 miles from his village सारे ही जो बारबर से उन्होंने इकट्ठे करके उन्हें जो प्रपोजल दिता ही प्रपोज हिज न्यू आइडिया टू हिज कजन एंड धुनू एंड ऑल अदर बारबरस एट अ स्पेशल मीटिंग ऑफ हिज क्राफ्ट एंड बाय द गिफ्ट ऑफ गैब विच ही हैड बिसाइड हिज अदर क्वालिटीज ऑफ हैड एंड हार्ट दिमाग तो कम लिया ही कन्विंस दैम ਸਭ ਨੂੰ ਸਮਝਾਇਆ ਥੈਟ ਇਟ ਵਾਸ ਟਾਈਮ ਥੈਟ ਦਾ ਐਲਡਰਸ ਆਫ ਦਾ ਵਿਲੇਜ ਕੇਮ ਟੂ ਥੈਮ ਕਿ ਹੁਣ ਸਮੇਂ ਹੈ ਕਿ ਪਿੰਡ ਦੇ ਲੋਕ ਤੁਹਾਡੇ ਕੋਲ ਆਣਗੇ ਸ਼ੇਵ ਕਰਾਉਣ ਵਾਸਤੇ ਤੁਹਾਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਮਾਰਦਾਰੀ ਕਰਨ ਦੀ ਉਹਨਾਂ ਦੀ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਐਂਡ ਦੇ ਸ਼ੁੱਡ ਡਾਂਸ ਅਟੈਂਡੈਂਸ ਅਪਨ देयर ਲੈਂਡਸ ਐਂਡ ਮਾਸਟਰਸ ਤੁਹਾਨੂੰ ਉਹਨਾਂ ਦੇ ਪਿੱਛੇ ਘੁੰਮਣ ਦੀ ਜ਼ਰੂਰਤ ਨਹੀਂ ਉਹ ਤੁਹਾਡੇ ਕੋਲ ਆਣਗੇ और आखिर जो फैसला लिया गया राजकोट डिस्ट्रिक्ट बारबर्स ब्रदर्स हेयर ड्रेसिंग एंड शेविंग सैलून हैज़ बीन फॉलोड बाय मेनी अदर एक्टिव ट्रेड यूनियंस ऑफ वर्किंग मैन इन अवर पार्ट्स और फिर जो इस सारिया चीज़ों का रिजल्ट होया कि चंदू और बाकी दे बारबर्स ने मिल के एक अपनी आ, यूनियन बना के और एक सैलून लिया जिंद नाम राजकोट डिस्ट्रिक्ट बारबर्स ब्रदर्स रखा गया और उस तुँ तो बा ने ही ਆਪ ਖੁਦ ਜਾ ਕੇ ਸਲੂਨ ਦੇ ਵਿੱਚ ਕਟਿੰਗ ਕਰਾਉਣ ਦਾ ਕੰਮ ਸ਼ੁਰੂ ਕੀਤਾ ਔਰ ਇੱਕ ਨਵੀਂ ਕ੍ਰਾਂਤੀ ਸੀ ਜਿਹਦੇ ਤੋਂ ਬਾਅਦ ਕੋਈ ਵੀ ਬਾਰਬਰ ਕਿਸੇ ਦੇ ਘਰ ਜਾ ਕੇ ਕਟਿੰਗ ਸ਼ੇਵਿੰਗ ਨਹੀਂ ਕਰਦੇ ਸੀਗੇ ਔਰ ਇਸ ਤਰ੍ਹਾਂ ਦਾ ਇੱਕ ਨਿਊ ਜੋ ਇਤਿਹਾਸ ਸੀਗਾ ਜੋ ਨਵਾਂ ਇਤਿਹਾਸ ਉਹ ਚੰਦੂ ਨੇ ਸਿਰ ਸਿਰਜਿਆ ਔਰ ਇਹ ਸਾਰਾ ਜੋ ਆਈਡੀਆ ਸੀ ਉਹ ਚੰਦੂ ਦਾ ਹੀ ਸੀ ਇਸ ਕਰਕੇ ਉਸ ਦੇ ਇਤਿਹਾਸ ਦੇ ਵਿੱਚ ਨਾਮ ਹੋਏਗਾ ਕਿ ਇਹਨੇ ਇੱਕ ਮਾਡਰਨ ਇੰਡੀਆ ਬਣਾਉਣ ਵਾਸਤੇ ਬਹੁਤ ਹੀ ਵੱਡਾ ਕੰਟਰੀਬਿਊਸ਼ਨ ਕੀਤਾ ਆਈ ਹੋਪ ਦਿਸ ਲੈਸਨ ਇਜ਼ ਕਲੀਅਰ ਟੂ ਯੂ ਥੈਂਕਸ ਅ ਲੋਟ